ॐ हरि ओं गजाननम्भूतगणादिसेवितुं कपिथजम्बूफलचारभक्षणम् उमास्तशोकविनाशकारकं नमामि विघ्नेश्वरपादपङ्कजम् मङ्गलम् भगवन् विष्णु मङ्गलम् गर्जे मङ्गलम् पुण्डरि काकशे मङ्गलम् तनो हरे हो बेघन हर मङ्गलचरन ओ त बौद्ध प्रकाम गणेश का सागले कारज जराज कृष्ण कृष्ण कौरे मना जो हैं सबके मोला जैसे जल के संिर पथ हैं फल भोला कबीरा जैसे हो रही है ਯੋ ਮੈਂ ਦੇ ਕੇ ਪਾ ਤਾ ਲਾਲੀ ਰਖੀਏ ਪੇਟ ਮੈਂ ਹਰੇ ਦਿਖਾਈਏ ਜਾ ਤਾ ਹੰਢ ਜਾ ਤੇਜ ਰਿਓ ਤ ਪਾਜ ਰੂਪ ਜੀ ਓ ਤ ਪਾਜ ਰੂਪ ਜੀ ਮੈਦਨੀ ਨੇ ਦਿੱਤੀ ਮਦਦ ਆਨੂਪ ਜੇ ਮੈਦਨੀ ਨੇ ਦਿੱਤੀ ਮਦਦ ਆਨੂਪ ਜੇ ਓ ਲੱਖ ਤੇ 84 ਰਾਚਨਾਰ ਚਾਲੀ ਐ ਰਾਚਨਾਰ ਚਾਲੀ ਐ ਤੇਰੀ ਮਾਇਆ ਬਾਜ ਕਿਹੜੀ ਚੀਜ਼ ਖਾਲੀ ਐ ਤੇਰੀ ਮਾਇਆ ਬਾਜ ਕਿਹੜੀ ਚੀਜ਼ ਖਾਲੀ ਐ ਪਹਿਲਾਂ ਨੂਰ ਆਪਣਾ ਚੜਾਇਆ ਬੰਦੇ ਨੂੰ ਤੈ ਚੜਾਇਆ ਬੰਦੇ ਨੂੰ ਇਛਿਆ ਦੇ ਨਾਲ ਫੇਰ ਫੇਰ ਰੰਦੇ ਨੂੰ ਇਛਿਆ ਦੇ ਨਾਲ ਫੇਰ ਫੇਰ ਰੰਦੇ ਨੂੰ ਉੱਝਲਾ ਚਤ ਚਾਹੇ ਕੀਮਤ ਲਗਾਲੀ ਐ ਕੀਮਤ ਲਗਾਲੀ ਐ ਤੇਰੀ ਮਾਇਆ ਬਾਜ ਕਿਹੜੀ ਚੀਜ਼ ਖਾਲੀ ਐ ਤੇਰੀ ਮਾਇਆ ਬਾਜ ਕਿਹੜੀ ਚੀਜ਼ ਖਾਲੀ ਐ ਪੱਤੇ ਪੱਤੇ ਵਿੱਚ ਸਾਰੇ ਤੇਰਾ ਨੂਰ ਜੀ ਸਾਰੇ ਤੇਰਾ ਨੂਰ ਜੀ ਬਾਸ਼ਨਾ ਫੁੱਲਾਂ ਦੇ ਵਿੱਚ ਭਰਪੂਰ ਜੀ ਬਾਸ਼ਨਾ ਫੁੱਲਾਂ ਦੇ ਵਿੱਚ ਭਰਪੂਰ ਜੀ ਉਹ ਜੜ ਤੋਂ ਲਗਾ ਕੇ ਜਿੰਨੀ ਢਾਲ ਡਾਲੀ ਐ ਜਿੰਨੀ ਢਾਲ ਡਾਲੀ ਐ ਤੇਰੀ ਮਾਇਆ ਬਾਜ ਕਿਹੜੀ ਚੀਜ਼ ਖਾਲੀ ਐ ਤੇਰੀ ਮਾਇਆ ਬਾਜ ਕਿਹੜੀ ਚੀਜ਼ ਖਾਲੀ ਐ ਪਾਛੂਆਂ ਦੇ ਵਿੱਚ ਸਾਰੇ ਤੂੰ ਹੀ ਦੇ ਸਦਾ ਸਾਰੇ ਤੂੰ ਹੀ ਦੇ ਸਦਾ ਹੋਰ ਜਾਨਵਰਾਂ ਨੂੰ ਸਹਾਰਾ ਕੇ ਸਦਾ ਹੋਰ ਜਾਨਵਰਾਂ ਨੂੰ ਸਹਾਰਾ ਕੇ ਸਦਾ ਕੋਈ ਤਾਂ ਹੀ ਕਰੇ ਕੁੱਲ ਦੀ ਪੈਰਤ ਪਾਲੀ ਐ ਤੂੰ ਪੈਰਤ ਪਾਲੀ ਐ ਤੇਰੀ ਮਾਇਆ ਬਾਜ ਕਿਹੜੀ ਚੀਜ਼ ਖਾਲੀ ਐ ਤੇਰੀ ਮਾਇਆ ਬਾਜ ਕਿਹੜੀ ਚੀਜ਼ ਖਾਲੀ ਐ ਹਾ ਤੂੰ ਆਂਦੇ ਵਿੱਚ ਮਾਰੇ ਤੇਰੀ ਤਾਂਥ ਜੀ ਮਾਰੇ ਤੇਰੀ ਤਾਂਥ ਜੀ ਸ਼ਕਲਾਂ ਬਣਾ ਕੇ ਬੈਠਾ ਪਾਂਥ ਪਾਂਥ ਜੀ ਸ਼ਕਲਾਂ ਬਣਾ ਕੇ ਬੈਠਾ ਪਾਂਥ ਪਾਂਥ ਜੀ ਕੋਈ ਕਹਿਣਾ ਲਾਵੇ ਅੰਗ ਨੂੰ ਕਰਮ ਵਾਲੀ ਐ ਉਹ ਕਰਮ ਵਾਲੀ ਐ ਤੇਰੀ ਮਾਇਆ ਬਾਜ ਕਿਹੜੀ ਚੀਜ਼ ਖਾਲੀ ਐ ਤੇਰੀ ਮਾਇਆ ਬਾਜ ਕਿਹੜੀ ਚੀਜ਼ ਖਾਲੀ ਐ ਮੇਰਾ ਜੋ ਤਮੋਸਾ ਤੋਂ ਗੁਣਾ ਦੇਰ ਚੌਣ ਮੇ ਗੁਣਾ ਦੇਰ ਚੌਣ ਮੇ ਸੱਤ ਦੀਪ ਨੌਵ ਖੰਡ 14 ਪੌਣ ਮੇ ਸੱਤ ਦੀਪ ਨੌਵ ਖੰਡ 14 ਪੌਣ ਮੇ ਸੁਖਮੈ ਸਤੂਲ ਹੌਲੀ ਪਾਰ ਛਾਲੀ ਐ ਹੌਲੀ ਪਾਰ ਛਾਲੀ ਐ ਤੇਰੀ ਮਾਇਆ ਬਾਜ ਕਿਹੜੀ ਚੀਜ਼ ਖਾਲੀ ਐ ਤੇਰੀ ਮਾਇਆ ਬਾਜ ਕਿਹੜੀ ਚੀਜ਼ ਖਾਲੀ ਐ ਕੋਲੇ ਮਿੱਟੀ ਵਿੱਚ ਕੋਈ ਬਾਤ ਦੂਜਨਾ ਕੋਈ ਬਾਤ ਦੂਜਨਾ ਪੱਥਰਾਂ ਦੇ ਵਿੱਚ ਤੇਰੀ ਹੋਵੇ ਪੂਜਨਾ ਪੱਥਰਾਂ ਦੇ ਵਿੱਚ ਤੇਰੀ ਹੋਵੇ ਪੂਜਨਾ ਓਏ ਮੰਦਰੀ ਨਵਾਸੇ ਆਰਤੀ ਕਰਾਲੀ ਐ ਆਰਤੀ ਕਰਾਲੀ ਐ ਤੇਰੀ ਮਾਇਆ ਬਾਜ ਕਿਹੜੀ ਚੀਜ਼ ਖਾਲੀ ਐ ਤੇਰੀ ਮਾਇਆ ਬਾਜ ਕਿਹੜੀ ਚੀਜ਼ ਖਾਲੀ ਐ ਰੇਤ ਦੇ ਰਵੇ ਦੇ ਵਿੱਚ ਪ੍ਰਕਾਸ਼ ਤੋਂ ਵਿੱਚ ਪ੍ਰਕਾਸ਼ ਤੋਂ ਸਾਰੇ ਥਾਂ ਦੇ ਸੰਪੂਰਕਲਾਤ ਤੋਂ ਸਾਰੇ ਥਾਂ ਦੇ ਸੰਪੂਰਕਲਾਤ ਤੋਂ ਕੋਈ ਸ਼ਾਇਆਤੋਂ ਪਵਚੋਂ ਤੇਰੀ ਲੀਲਾ ਪਾਲੀ ਐ ਤੇਰੀ ਲੀਲਾ ਪਾਲੀ ਐ ਤੇਰੀ ਮਾਇਆ ਬਾਜ ਕਿਹੜੀ ਚੀਜ਼ ਖਾਲੀ ਐ ਤੇਰੀ ਮਾਇਆ ਬਾਜ ਕਿਹੜੀ ਚੀਜ਼ ਖਾਲੀ ਐ ਆਗਨੀ ਦੇ ਵਿੱਚ ਤੇਰਾ ਤੇਜ ਭੰਮ ਕੇ ਤੇਰਾ ਤੇਜ ਭੰਮ ਕੇ ਜਲ ਵਿੱਚ ਬਣ ਕੇ ਤਰੰਗ ਚਮਕੇ ਜਲ ਵਿੱਚ ਬਣ ਕੇ ਤਰੰਗ ਚਮਕੇ ਉਹ ਰੰਗ ਤਾਂ ਜਤਾਵੇਂ ਹੂੰ ਕੇ ਸੀਸ ਕਾਲੀ ਐ ਹੋ ਕੇ ਸੀਸ ਕਾਲੀ ਐ ਤੇਰੀ ਮਾਇਆ ਬਾਜ ਕਿਹੜੀ ਚੀਜ਼ ਖਾਲੀ ਐ ਤੇਰੀ ਮਾਇਆ ਬਾਜ ਕਿਹੜੀ ਚੀਜ਼ ਖਾਲੀ ਐ ਉਹ ਜਿਵੇਂ ਉਹ ਸਮਾਨ ਤੇਰੇ ਆਸਰੇ ਰਹੇ ਤੇਰੇ ਆਸਰੇ ਰਹੇ ਸ਼ੇਸ਼ ਧੌਲਾ ਹੋ ਕੇ ਪਾਰ ਜੀਮੀ ਦਾ ਸਹੇ ਸ਼ੇਸ਼ ਧੌਲਾ ਹੋ ਕੇ ਪਾਰ ਜੀਮੀ ਦਾ ਸਹੇ ਉਹ ਘੋੜੀ ਜੀ ਬਣਾ ਕੇ ਸੀਸ ਤੇ ਟਕਾਲੀ ਐ ਸੀਸ ਤੇ ਟਕਾਲੀ ਐ ਤੇਰੀ ਮਾਇਆ ਬਾਜ ਕਿਹੜੀ ਚੀਜ਼ ਖਾਲੀ ਐ ਤੇਰੀ ਮਾਇਆ ਬਾਜ ਕਿਹੜੀ ਚੀਜ਼ ਖਾਲੀ ਐ ਅੰਬਰ 'ਚ ਤਾਰੇ ਚਮਕਾਰ ਮਾਰਦੇ ਚਮਕਾਰ ਮਾਰਦੇ ਦਸਣ ਬਣਾਏ ਅਥੀ ਕਰ ਤਾਰਦੇ ਦਸਣ ਬਣਾਏ ਅਥੀ ਕਰ ਤਾਰਦੇ ਕੋ ਸੂਰਜ ਤੇ ਚੰਦ ਮਣੀਆਂ ਦੀ ਲਾਲੀ ਐ ਮਣੀਆਂ ਦੀ ਲਾਲੀ ਐ ਤੇਰੀ ਮਾਇਆ ਬਾਜ ਕਿਹੜੀ ਚੀਜ਼ ਖਾਲੀ ਐ ਤੇਰੀ ਮਾਇਆ ਬਾਜ ਕਿਹੜੀ ਚੀਜ਼ ਖਾਲੀ ਐ ਤੇਰੇ ਤੋਂ ਨਾ ਵਸ ਤੂੰ ਬਾਹਰ ਕੋਈ ਐ ਓ ਓ ਤੇਰੇ ਤੋਂ ਨਾ ਵਸ ਤੂੰ ਬਾਹਰ ਕੋਈ ਐ ਤਾਈਓ ਤੇਰੀ ਮੂਰਤੀ ਬਰਾਟ ਹੋਈ ਐ ਤਾਈਓ ਤੇਰੀ ਮੂਰਤੀ ਬਰਾਟ ਹੋਈ ਐ ਪੂਜਨਾ ਕਰਾਂ ਮੈਂ ਤੇਰੀ ਪੂਰ ਥਾਲੀ ਐ ਤੇਰੀ ਪੂਰ ਥਾਲੀ ਐ ਤੇਰੀ ਮਾਇਆ ਬਾਜ ਕਿਹੜੀ ਚੀਜ਼ ਖਾਲੀ ਐ ਤੇਰੀ ਮਾਇਆ ਬਾਜ ਕਿਹੜੀ ਚੀਜ਼ ਖਾਲੀ ਐ ਬੈਠਾ ਤੂੰ ਪਦਾਰਥਾਂ ਦੇ ਵਿੱਚ ਜਾਚ ਕੇ ਹਲ ਵਿੱਚ ਜਾਚ ਕੇ ਖੱਟੇ ਮਿੱਠੇ ਕੌੜਿਆਂ ਰਸਾਂ ਚ ਰਚ ਕੇ ਖੱਟੇ ਮਿੱਠੇ ਕੌੜਿਆਂ ਰਸਾਂ ਚ ਰਚ ਕੇ ਸ਼ਬਦਾਂ ਦੇ ਵਿੱਚ ਤੇਰੀ ਵੱਜੇ ਤਾਲੀ ਐ ਤੇਰੀ ਵੱਜੇ ਤਾਲੀ ਐ ਤੇਰੀ ਮਾਇਆ ਬਾਜ ਕਿਹੜੀ ਚੀਜ਼ ਖਾਲੀ ਐ ਤੇਰੀ ਮਾਇਆ ਬਾਜ ਕਿਹੜੀ ਚੀਜ਼ ਖਾਲੀ ਐ ਹੋਰ ਕੀ ਲੇਖਾਂ ਮੈਂ ਅੱਗੇ ਜਾਵੇ ਨਾ ਮਤੀ ਅੱਗੇ ਜਾਵੇ ਨਾ ਮਤੀ ਕਿਰਪਾ ਤੁਮਾਰੀ ਨਾਲ ਹੋ ਜੂਗੀ ਗਤੇ ਕਿਰਪਾ ਤੁਮਾਰੀ ਨਾਲ ਹੋ ਜੂਗੀ ਗਤੇ ਉਹ ਸ਼੍ਰੀ ਸ਼ਮਾ ਸਰਨ ਚਰਨ ਖਾਲੀ ਐ ਉਹ ਸਰਨ ਖਾਲੀ ਐ ਉਹ ਸਰਨ ਖਾਲੀ ਐ ਤੇਰੀ ਮਾਇਆ ਬਾਜ ਕਿਹੜੀ ਚੀਜ਼ ਖਾਲੀ ਐ ਤੇਰੀ ਮਾਇਆ ਬਾਜ ਕਿਹੜੀ ਚੀਜ਼ ਖਾਲੀ ਐ ਆਏ ਪਗਵਾਨ ਹੁਕਮੇ ਅੰਦਰ ਸਭ ਕੋਈ ਬਾਹਰ ਨਾ ਹੁਕਮੇ ਕੋਏ ਨਾਨਕ ਹੁਕਮੇ ਜੇ ਬੁੱਝੇ ਤਾਂ ਹੋਮਾ ਕਹੀਂ ਨਾ ਕੋਈ ਮੇਰੇ ਮਾਲਕ ਜਦ ਵੀ ਤੇਰਾ ਹੁਕਮ ਹੁੰਦਾ ਜਿਹੜੇ ਪੰਛੀ ਤੇਰੇ ਦਰਖਤਾਂ ਦੇ ਉੱਤੇ ਰਹਿੰਦੇ ਆ ਤੂਫਾਨ ਚਲਾ ਦਿੰਦਾ ਤੋੜ ਕੇ ਟਾਣੇ ਬਾਣਾ ਦੇ ਵਿੱਚ ਮਾਰਦਾ ਏ ਉਹਨਾਂ ਦੇ ਬੱਚੇ ਵੀ ਹੁੰਦੇ ਆ ਉਹਨਾਂ ਦੇ ਆਂਡੇ ਵੀ ਹੁੰਦੇ ਆ ਫੇਰ ਵੀ ਉਹਨਾਂ ਨੂੰ ਪੰਗ ਦੀਨ ਲੱਗ ਨਿੰਦਾ ਸੱਚੇ ਪਾਤਸ਼ਾਹ ਤੂੰ ਐ ਸਭ ਦੁਨੀਆ ਦਾ ਬਾਲੀ ਸਭ ਬੂਟੇ ਤੇਰੇ ਨੇ ਰਾਖੀ ਕਰਦਾ ਬਣ ਕੇ ਮਾਲੀ ਤੇ ਗੁਰਮਖ ਪਿਆਰਿਓ ਸੰਮੀਪਾਲ ਬਾਦਸ਼ਾ ਇੰਦਰਕਰ ਦੇ ਰਹਿਣ ਵਾਲਾ ਭਗਵਾਨ ਦੀ ਬੰਦਗੀ ਕਰਨ ਵਾਲਾ ਗਊ ਗਰੀਬ ਦੀ ਰੱਖਿਆ ਕਰਨ ਵਾਲਾ ਉਹਨਾਂ ਨੂੰ ਇਹੋ ਜੀ ਪੁੱਤਰ ਦੀ ਦਾਤ ਦਿੱਤੀ ਏ ਤੇ ਗੁਰਮਖ ਪਿਆਰਿਓ ਜਦੋਂ 18-19 ਸਾਲ ਦਾ ਹੋ ਗਿਆ ਫਿਰ ਉਹਨੇ ਢਾਲ ਤੇ ਤਲਵਾਰ ਚੱਕੀ ਏ ਉਹਨੇ ਜਾਣਾ ਜੰਗਲ ਰੋਹੀ ਬਿਆਬਾਨ ਦੇ ਵਿੱਚ ਸ਼ੇਰ ਨਾਲ ਦੋ ਹੱਥ ਕਰਨੇ ਆ ਪਰ ਗੁਰਮਖ ਪਿਆਰਿਓ ਖੁਸ਼ੀਆਂ ਦੇ ਵਿੱਚ ਸਮੀ ਪਾਲ ਬਾਦਸ਼ਾ ਰਹਿੰਦਾ ਸੀ 24 ਘੰਟੇ ਪਰ ਇੱਕ ਕਹਿੰਦਾ ਸੀ ਕਿ ਨਾ ਭਗਵਾਨ ਭਾਵੇਂ ਮੈਨੂੰ ਬਾਦਸ਼ਾ ਬਣਾਤਾ ਤੈਂ ਮੈਂ ਤੇਰੇ ਹੁਕਮ ਤੇ ਬਿਨਾ ਕੋਈ ਫੈਸਲਾ ਨਹੀਂ ਦੇ ਸਕਦਾ ਧਰਮ ਕੰਡਾ ਮਹਿਲਾ ਚ ਮੰਗਾ ਲਿਆ ਦੋਇ ਪਾਸੇ ਦੋਇ ਪਾਸੇ ਦੇ ਪਰਚੋ ਕੰਡੇ ਤੇ ਚਾਰ ਦੰਦਾ ਹੁੰਦਾ ਜਿਹੜਾ ਪਰਚਾ ਦੱਬ ਲੈਦਾ ਦੂਆ ਚਲਿਆ ਜਾਂਦਾ ਝੂਠੇ ਸੱਚ ਦਾ ਅੰਤਾਰਾ ਉਹ ਪਰਚੀ ਨਹੀਂ ਰਹਿ ਧਰਮ ਕੰਡੇ ਦੇ ਰਾਹੀਂ ਦਿੰਦਾ ਹੁੰਦਾ ਫੈਸਲਾ ਕੋਈ ਵੀ ਸੀ ਪਰ ਤਰਮਾ ਹਤਮਾ ਬਾਦਸ਼ਾ ਉਹਦੇ ਪੁੱਤਰ ਦੀ ਸ਼ਾਦੀ ਦਾ ਸਮਾਂ ਆ ਗਿਆ ਇਹੋ ਜੀ ਲੜਕੀ ਦੀ ਨਰ ਸ਼ਾਦੀ ਹੋਈ ਜਿਹੜੀ ਪਰੀਆਂ ਦੇ ਟੁੱਲ ਸੀ ਪਰ ਆਪਣੇ ਪੁੱਤਰ ਨੂੰ ਰੋਕਦਾ ਰਿਹਾ ਕਹਿੰਦਾ ਪੁੱਤਰ ਤੂੰ ਮੇਰੇ ਕੱਲਾ ਕੱਲਾ ਪੁੱਤਰ ਹੈ ਤੇ ਜੰਗਲ ਦੇ ਵਿੱਚ ਨਹੀਂ ਜਾਣਾ ਸ਼ਿਕਾਰ ਖੇਡਣ ਉਹ ਕਹਿੰਦਾ ਪਿਤਾ ਜੀ ਕੁਛ ਨਹੀਂ ਹੁੰਦਾ ਪਰ ਪਿਤਾ ਦਾ ਨਾ ਕਹਿਣਾ ਮੰਨਦਾ ਹੋਇਆ অতি ਦੁਖੀ ਹੋ ਕੇ ਪਿਤਾ ਨੇ 12 ਸਾਲ ਦਾ ਬਣਵਾਸ ਲਿਖ ਦਿੱਤਾ ਆਇਆ ਰੋਹੀ ਰਾਂਜ ਦੇ ਵਿੱਚ ਸ਼ਿਕਾਰ ਖੇਡ ਕੇ ਤਾਂ ਲਿਖਿਆ ਬਾ ਦਰਵਾਜੇ ਦੇ ਨਾਲ ਦੇਖਿਆ ਵੀ ਤੈਨੂੰ 12 ਸਾਲ ਦਾ ਬਣਵਾਸ ਲਿਖ ਦਿੱਤਾ ਤੇਰੇ ਪਿਤਾ ਨੇ ਮਹਿਲਾ ਚਾਇਆ ਰਾਣੀ ਕੋਲੇ ਆਏ ਰਾਣੀ ਮੈਨੂੰ ਮੇਰੇ ਪਿਤਾ ਨੇ ਹੁਕਮ ਲਾ ਦਿੱਤਾ 12 ਸਾਲ ਦਾ ਬਣਵਾਸ ਹੈ ਉਹ ਕਹਿੰਦੀ ਫਿਰ ਪਿਤਾ ਨੇ ਦੇਣੇ ਸੀ ਬਣਵਾਸ ਤੈਨੂੰ ਤੁਸੀਂ ਉਹਨਾਂ ਦੇ ਹੁਕਮ ਦੇ ਨਾਲ ਨਹੀਂ ਨਾ ਚੱਲਨੀ ਉਹਦਾ ਹੁਕਮ ਨਹੀਂ ਮੰਨਿਆ ਤ੍ਰੀ ਦੁਖੀ ਹੋ ਕੇ ਪਿਤਾ ਨੇ ਬਣਵਾਸ ਲਿਖਿਆ ਤੁਨ ਸੋਡੇ ਨਾਲ ਚੱਲੂ ਕੋਈ ਗੱਲ ਨਹੀਂ ਥੋ ਡਿਸਟਰੀਬਡ ਵਿੱਚ ਹਾਜ਼ਰ ਹਾਂ ਕਹਿੰਦਾ ਨਹੀਂ ਤਾਂ ਇਹ ਨਹੀਂ ਜਾਣਾ ਮੈਨੂੰ ਬਣਵਾਸ ਮਿਲੇ ਮੈਂ ਜਾਊਂਗਾ 12 ਸਾਲ ਤੇ ਬਾਅਦ ਤਿੰਨ ਦਿਨ ਡਿੱਕੂ ਚੌਥੇ ਦਿਨ ਮੈਂ ਨਹੀਂ ਤੁਹਾਨੂੰ ਮਿਲਣਾ ਮੈਂ ਦੁਨੀਆ ਦੇ ਵਿੱਚੋਂ ਵਿਦਾ ਹੋ ਜੂੰ ਉਹ ਕਹਿੰਦਾ ਰਾਣੀ ਤੂੰ ਤਿੰਨ ਦਿਨ ਕੀਤੇ ਕਰਦੀਆਂ ਮੈਂ ਦੂਜੇ ਦਿਨ ਖੜਾ ਤੇਰੇ ਕੋਲੇ ਉਹ ਤੋਂ ਚਾਲੇ ਪਾ ਦਿੱਤੇ 12 ਮਹੀਨੇ ਸਾਲ ਦੇ 11ਵੇਂ ਮਹੀਨੇ ਦੇ ਵਿੱਚ ਰੋਹੀ ਦਾ ਮਹੀਨਾ ਸੀ ਤਪ ਰਹੀ ਸੀ ਧਰਤੀ ਪਿਆਸ ਲੱਗੀ ਐ ਜੋਰਾਂ ਦੀ ਉਹ ਪਾਣੀ ਭਾਲਦਾ ਫਿਰਦਾ ਕਿਤੇ ਪਾਣੀ ਮਿਲੇ ਪਾਣੀ ਕਿਤੇ ਆਮ ਨਹੀਂ ਸੀ ਮਿਲਦੇ ਹੁੰਦੇ ਜਾਂ ਤਾਂ ਕਿਸੇ ਬਾਗਾਂ 'ਚ ਤੇ ਜਾਂ ਕਿਸੇ ਤਲਾਬ ਤੇ ਜਾਂ ਕਿਸੇ ਬੋੜੀ ਤੇ ਮਿਲਦਾ ਹੁੰਦਾ ਪਾਣੀ ਬਾਗ ਨਿਗਾ ਆਇਆ ਅਜਮੇਰ ਦੇ ਵਿੱਚ ਰਾਜੇ ਢੋਲ ਦਾ ਬਾਗ ਉੱਥੇ ਪਹੁੰਚ ਗਿਆ ਰਾਜੇ ਢੋਲ ਦੀ ਰਾਣੀ ਬਾਂਦਿਆਂ ਸਮੇਤ ਸ਼ਾਇਦ ਆਨੰਦਮਾਨ ਰਹੀ ਸੀ ਕਹਿੰਦਾ ਭੈਣ ਮੈਂ ਪਾਣੀ ਪੀਣਾ ਸੀ ਰਾਜੇ ਢੋਲ ਦੀ ਰਾਣੀ ਕਹਿੰਦੀ ਹੈ ਵੀਰ ਇੱਕ ਪਾਸੇ ਭੈਣ ਹੈ ਤੇ ਇੱਕ ਪਾਸੇ ਵੀਰ ਹੈ ਦੋਨ ਦੇ ਉੱਤਰ ਪ੍ਰਸ਼ਨ ਜਵਾਬ ਸਵਾਲ ਹੈ ਇਉਂ ਹੁੰਦੇ ਆ ਜੀ ਪਹੁੰਚਿਆ ਸਲਤਾਨ ਬਾਗ ਮੈਂ ਪੀਣਾ ਹੈ ਪਾਣੀ ਜੀ ਬੈਠੀ ਹੈ ਸੰਗ ਬਾਂਦਿਆਂ ਹੋ ਲਦੀ ਰਾਣੀ ਜੀ ਬੈਠੀ ਐ ਸੰਗ ਬਾਂਧੀਆਂ ਹੋਏ ਰਾਣੀ ਨੂੰ ਪੈੜ ਆਖਦਾ ਨਾਲ ਪਿਆਰ ਵੇ ਨਰਕਾ ਵਿੱਚ ਧੱਕੇ ਬੰਦੇ ਪਰਨਾ ਤੋ ਹਾਰਤੇ ਨਰਕਾ ਵਿੱਚ ਧੱਕੇ ਬੰਦੇ ਕਹਿੰਦੀ ਹੈ ਮੋੜ ਜਵਾਨੋ ਸੁਣ ਲੈ ਤੂੰ ਵੀਰ ਵੇ ਪੈਣ ਜੇ ਆਖਿਆ ਮੈਨੂੰ ठंडा पी नवे भेण जे आखया मनो रिश्ता है बड़ा लारा ले लेगा हूं मारी वे आख़री रानी बीरा पर लो न हारी वे ਆਖੀ ਰਾਣੀ ਬੀਰਾ ਉਹਨਾਂ ਨੂੰ ਤਿੰਨ ਜਹਾਨੋਂ ਮਿਲਦੀ ਨਾ ਟੋਈ ਐ ਜੀਨੇ ਪਤ ਆਪਣੀ ਇਸ ਦੁਨੀਆਂ ਚੋਂ ਖੋਈ ਐ ਜੀਨੇ ਪਤ ਆਪਣੀ ਇਸ ਹੋਰ ਮੇਲਣ ਤਰਕਾਰ ਆਇਓ ਨੂੰ ਬੇਚ ਅਸਲਸਾਰ ਦੇ ਨਰਕਾਂ ਵਿੱਚ ਥੱਕੇ ਬੰਦੇ ਧਰਮ ਤੋਂ ਹਾਰਦੇ ਨਰਕਾਂ ਵਿੱਚ ਤੱਕੇ ਬੰਦੇ ਸਾਦੀ ਮੈਂ ਕਰੂੰ ਪੁੱਤਰ ਦੀ ਪਰਨੀ ਤੈਂ ਪਾਤਵੇ ਟੈਮ ਤੇ ਆਪ ਕਰਾਉਣੇ ਆਣ ਕੇ ਸ਼ਾਂਤਵੇ ਟੈਮ ਤੇ ਆਪ ਕਰਾਉਣੇ ਹੋ ਰੱਖੀ ਤੂੰ ਸਕੇ ਪਰਾਤੋ ਰੱਖੀ ਤੂੰ ਸਕੇ ਪਰਾਤੋ ਮੈਨੂੰ ਪਿਆਰੀ ਵੇ ਆਖ ਦੀ ਰਾਣੀ ਵੀਰਾ ਪਰ ਨੋ ਨਾ ਹਾਰੀ ਵੇ ਆਹ ਦਿਰਾਣੀ ਬੀਰਾ ਡੰਡਾ ਤਲਾਤੇ ਬੈਠਾ ਬਾਗ ਮਾਂ ਜਾਈ ਦੇ ਕਰਕੇ ਤਸੱਲੀ ਬਹਿ ਜਾ ਸਿਰ ਤੇ ਤੂੰ ਪਾਈ ਦੇ ਕਰਕੇ ਤਸੱਲੀ ਬਹਿ ਜਾ ਉਹ ਬਖਰੇ ਹੋ ਜਾਂਦੇ ਰਸਤੇ ਲੋਕੀ ਫਟਕਾਰ ਵੇ ਨਰਕਾਂ ਵਿੱਚ ੱੱਕੇ ਬੰਦੇ ਪਰ ਨਾ ਤੂੰ ਹਾਰ ਦੇ ਨਰਕਾਂ ਵਿੱਚ ਤੱਕੇ ਬੰਦੇ ਦੇਖਲੇ ਬੈਠੇ ਆਪਾਂ ਬਾਦਸ਼ਾ ਢੋਲ ਨੇ ਕਹਿੰਦਾ ਫਟ ਸੀਨੇ ਦਿੱਤੇ ਤੀਰਾਂ ਦੇ ਖੋਲ ਨੇ ਕਹਿੰਦਾ ਫਟ ਸੀਨੇ ਦਿੱਤੇ ਰੱਖਣਾ ਨਹੀਂ ਕਹਿਦਾ ਤੈਨੂੰ ਰੱਖਣਾ ਨਹੀਂ ਕਹਿਦਾ ਤੈਨੂੰ ਮਾਰ ਜਾ ਡਾਰੀ ਏ ਆਖ ਦੀ ਰਾਣੀ ਵੀਰਾ ਧਰਮੋਂ ਨਾ ਹਾਰੀ ਬੇ ਆਖੀਰਾਂ ਵੀਰਾ ਵੀਰਾ ਸਤ ਦੇ ਹਾਇ ਖੜਾ ਸਹਾਰੇ ਜਿਵੇਂ ਅਸਮਾਨ ਜੀ ਮੁਕਰਦਾ ਨਹੀਂ ਜਵਾਨੋ ਭੈਣੇ ਸੁਲਤਾਨ ਜੀ ਮੁਕਰਦਾ ਨਹੀਂ ਜਵਾਨੋ ਗੜਬੇ ਚੋਂ ਪਰ ਕੇ ਚੂਲੀ ਧਰਤੀ ਤਿੰਡਾਰ ਦੇ ਨਰਕਾਂ ਵਿੱਚ ੱੱੱਕੇ ਬੰਦੇ ਧਰਮ ਤੋਂ ਹਾਰਦੇ ਨਰਕਾਂ ਵਿੱਚ ਧੱਕੇ ਬੰਦੇ ਰਾਜੇ ਨੇ ਤੇਰੇ ਪਿੱਛੇ ਦਿੱਤਾ ਤੇ ਆਗ ਜੀ ਛੱਡ ਜਾ ਰੇ ਆਸਤ ਮੇਰੀ ਤੂੰ ਐ ਨਰ ਭਾਗ ਜੀ ਛੱਡ ਜਾ ਰੇ ਆਸਤ ਮੇਰੀ ਉਹ ਬੰਦਾ ਉਹ ਕੌਣ ਗੈਰ ਸੀ ਕਹਿੰਦਾ ਬਦਕਾਰੀ ਵੇ ਆਖ ਦੀ ਰਾਣੀ ਵੀਰਾ ਧਰਮੋਂ ਨਾ ਹਾਰੀ ਬੇ ਆਖੀ ਰਾਣੀ ਵੀਰਾ ਢੜਕੇ ਖਤ ਮਾਰ ਬਾੜ ਤੋਂ ਬੋਝੇ ਵਿੱਚ ਪਾਉਂਦਾ ਹੈ ਆਉਂਗਾ ਸ਼ੱਕਪੂਰਣ ਤੀਰ ਤਰੋਂਦਾ ਹੈ ਆਉਂਗਾ ਸ਼ੱਕਪੂਰਣ ਹੋ ਭੁੱਲਦਾ ਨਹੀਂ ਕਦੇ ਜਵਾਲੂ ਕੀਤੇ ਯਕਾਰਾਰ ਦੇ ਨਰਕਾਂ ਵਿੱਚ ਧੱਕੇ ਬੰਦੇ ਪਰਨਾ ਤੋਂ ਹਾਰਦੇ ਨਰ ਕਾਂ ਵਿੱਚ ਧੱਕੇ ਬੰਦੇ ਮਹਿਲਾ ਵਿੱਚ ਲੈ ਗਈ ਰਾਣੀ ਧਰਮ ਦੇ ਵੀਰ ਨੂੰ ਦੇ ਕੇ ਐ ਕੋੜਾ ਕੋੜੋ ਤੋੜਿਆ ਖੀਰ ਨੂੰ ਦੇ ਕੇ ਐ ਕੋੜਾ ਕੋੜੋ ਓਏ ਰੱਖੀ ਦਲਵਾਰੇ ਆਪਣੀ ਕੈਮ ਸਰਦਾਰੀ ਵੇ ਆਖ ਜੀ ਰਾਣੀ ਵੀਰਾ ਧਰਮੋ ਨਾ ਹਾਰੀ ਵੇ ਆਖ ਜੀ ਰਾਣੀ ਵੀਰਾ ਬਾਦਸ਼ਾ ਨੂੰ ਸ਼ੱਕ ਪੈ ਗਿਆ 아이 ਰਾਣੀ ਤੂੰ ਮੇਰੇ ਕਾਬਲੇ ਹੈ ਤੂੰ ਆਪਣੇ ਪੇਕੇ ਨੂੰ ਚਲੀ ਜਾ ਪਰ ਰਾਣੀ ਅਕਲਾਂ ਦਾ ਕੋਟ ਕਹਿੰਦੀ ਬਾਦਸ਼ਾ ਉਹ ਮੇਰਾ ਧਰਮ ਦਾ ਭਰਾ ਸੀ ਉਹ ਕਹਿੰਦਾ ਤੇਰਾ ਧਰਮ ਦਾ ਭਰਾ ਸੀ ਕਿ ਕੌਣ ਹੁੰਦੇ ਨੇ ਧਰਮ ਕਹਿੰਦੀ ਜਿੱਦ ਦੇ ਧਰਮ ਚਲਿਆ ਗਿਆ ਨਾ ਜਹਾਨ ਤੋਂ ਅਸਮਾਨ ਡਿੱਗ ਜੂ ਕੋਈ ਥੰਮ ਨਹੀਂ ਉਹਦੇ ਹੇਠਾਂ ਉਹ ਧਰਮ ਦੇ ਸਹਾਰੇ ਖੜਾ ਹੈ ਕਹਿੰਦਾ ਤੇਰੇ ਪੁੱਤਰ ਦੀ ਸ਼ਾਦੀ ਹੈ ਦੇਖੂਗਾ ਭਲਾ ਬਿਸ਼ੱਕ ਪੂਰਨ ਵਾਸਤੇ ਆਉਂਦਾ ਕਹਿੰਦੀ ਹਾਂ ਆਊਗਾ ਹੁਣ ਵੀਰ ਦੇ ਨਾਲ ਬਹਿਦਾ ਕੀਤਾ ਹੋਇਆ ਵੀਰ ਤੇਰੇ ਕਾਰਨ ਮੈਨੂੰ ਮੈਨੂੰ ਦੂਸ਼ਣ ਲੱਗ ਗਿਆ ਇਹ ਮੇਰਾ ਪਰਨਪਗਾਰ ਵਿਕਾਸ ਦਾ ਟਿੱਕਾ ਮਸਤਕ ਤੋਂ ਤੋਲਾ ਲਈ ਜਿਸ ਮੌਕੇ ਹੋਗੇ 12 ਸਾਲ ਪੂਰੇ ਭੈਣ ਨੂੰ ਕਹਿੰਦਾ ਕਹਿੰਦਾ ਭੈਣ ਹੁਣ ਮੈਂ ਜਾਣਾ ਉਹ ਕਹਿੰਦੀ ਵੀਰ ਐ ਨਹੀਂ ਜਾਣਾ ਪੰਜੇ ਹਥਿਆਰ ਲਾ ਘੋੜਾ ਦਿੱਤਾ ਭੈਣ ਨੇ ਬੜੀ ਖੁਸ਼ੀਆਂ ਦੇ ਨਾਲ ਤੋਰਿਆਂ ਨਾਲ ਕਹਿੰਦੀ ਆਪਾਂ ਨੇ ਕਮਲ ਕੁਮਾਰ ਦੀ ਸ਼ਾਦੀ ਕਰਨੀ ਹੈ ਵੀਰ ਆ ਕੇ ਚੌਂਕੀ ਤੋਂ ਤੈਨ ਲਉਣਾ ਹੋਊਗਾ ਉਹ ਕਹਿੰਦਾ ਵੀਰ ਬਲਾ ਕੇ ਭੈਣ ਨੂੰ ਫੱਟੇ ਉੱਥੋਂ ਚਾਲੇ ਪਾ ਦਿੱਤੀ ਐ ਤੇ ਗੁਰਮਖ ਪਿਆਰੇ ਆਉਂਦਾ ਹਵਾ ਨੂੰ ਗੰਡਾ ਦਿੰਦਾ ਇੱਕ ਭਿਆਨਕ ਜੰਗਲ ਜਿੱਥੇ ਸ਼ੇਰ ਬਘੇਰੇ ਬੁਖਦੇ ਸੀ ਉਸ ਰਸਤੇ ਆ ਰਿਹਾ ਇੱਕ ਜਾਨੀ ਨਾਂ ਦਾ ਬੰਦਾ ਬੋਰਡ ਦੇ ਉੱਤੇ ਚੜਿਆ ਹੋਇਆ ਕਹਿੰਨ ਉਹ ਵੀਰ ਇੱਥੇ ਆ ਸ਼ੇਰ ਐ ਬੁਖਦਾ ਇਹ ਰਸਤਾ ਭੈਣ ਨੇ ਕਹਿ ਬਾਬਸ ਮੁੜ ਜਾ ਕਹਿੰਦਾ ਹੁਮੇ ਬੀਰ ਤੂੰ ਫਸਿਆ ਬਾਹੋ ਮੈਂ ਛੱਡ ਕੇ ਬਗ ਜਾ ਲੱਖ ਲਾਨ ਤਹੇ ਜੇ ਬੀਰ ਨੂੰ ਘੋੜਾ ਬੰਨ ਦਿੱਤਾ ਲੈ ਕੇ ਢਾਲ ਤੇ ਤਲਵਾਰ ਬੋੜ ਬਣੀ ਨੂੰ ਹੋ ਗਿਆ ਸਿੱਧਾ ਜਿਸ ਮੌਕੇ ਆਇਆ ਬੋੜ ਦੇ ਕੋਲੇ ਤੇ ਗੁਰਮੁਖ ਪਿਆਰਿਓ ਆਵਾਜ਼ ਦਿੱਤੀ ਸ਼ੇਰ ਨੂੰ ਕਹਿੰਦਾ ਉਹ ਮੇਰੇ ਨਾਲ ਮਿਲਿਆ ਹੱਥ ਸ਼ੇਰ ਨੇ ਮਾਰੀ ਆ ਬੋੜ ਬਣ ਗੂੰਜਣ ਲਾ ਦਿੱਤਾ ਆਇਆ ਪੰਜਾ ਲੈ ਕੇ ਪੰਜਾ ਤਾਂ ਰੋਕਿਆ ਨਰ ਸੁਲਤਾਨ ਨੇ ਢਾਲ ਦੇ ਉੱਤੇ ਪਰ ਜਦ ਸੱਜਾ ਹੱਥ ਸੀ ਉਹਦੇ ਨਾਲ ਕਟਾਰ ਫੇਰ ਦਿੱਤੀ ਕਾਰਜੇ ਦੇ ਵਿੱਚ ਸਿਰ ਦਿੱਤਾ ਛੇੜ ਥੱਲ ਕੇ ਜਦ ਦੋ ਟੁਕੜੇ ਕਰ ਦਿੱਤੇ ਇਹ ਜਾਨੀ ਆਉਂਦਾ ਗਦਾ ਗੱਦ ਖੇਤਾਂ ਆ ਅਨੁਸਾਰ ਤਾਂ ਜੱਫੀ ਪਾਲੀ ਨਾਲੇ ਕਹਿੰਦਾ ਵੀਰ ਤਿੰਨ ਦਿਨ ਹੋ ਗਏ ਜ਼ਾਲਮ ਨੂੰ ਇੱਥੇ ਹੇਠ ਬੈਠੀ ਨੂੰ ਹਰੇਕ ਦੀ ਪਾਵਨ ਨਹੀਂ ਪਈ ਮੈਨੂੰ ਐ ਲੱਗਦੇ ਜਿਵੇਂ ਛਤਰੀ ਹੁੰਨਾ ਉਹ ਕਹਿੰਦਾ ਹਾਂ ਵੀਰ ਛਤਰੀ ਆਂ ਇੰਦਰਗੜ ਦੇ ਰਹਿਣ ਵਾਲਾ ਨਰ ਸੁਲਤਾਨ ਮੇਰਾ ਨਾਮ ਹੈ ਕਿ ਨਵਾਬ ਬਈ ਛਤਰੀ ਤੇ ਬਿਨ ਹਿੰਮਤ ਨਹੀਂ ਕਿਤੇ ਦੀ ਪੈਂਦੀ ਐਂ ਕਰ ਪਗੜੀ ਉਤਾਰ ਇਹ ਤਾਂ ਮੈਨੂੰ ਫੜਾ ਮੇਰੀ ਆਲੀ ਤੂੰ ਬੰਨ ਉਹ ਕਹਿੰਨੇ ਵੀਰ ਪੱਗਾਂ ਦਾ ਪਰਨ ਬਹੁਤ ਮੁਸ਼ਕਲ ਹੈ ਕਿਨਾਂ ਨਹੀਂ ਪਗਾਵਾਂਗੇ ਜਦ ਤੈਂ ਪਗਾਏ ਮੇਰੀ ਜ਼ਿੰਦਗੀ ਬਖਸ਼ੀ ਹੈ ਮੈਂ ਵੀ ਪਗਾਉਂਗਾ ਉਥੇ ਪੱਗਾਂ ਬਦਲੀਆਂ ਨੇ ਗੁਰਮਖ ਪਿਆਰਿਓ ਪਰ ਜਾਨੀ ਨੂੰ ਖੁਸ਼ੀਆਂ ਦੇ ਨਾਲ ਆਪਣੇ ਘਰ ਨੂੰ ਲੈ ਕੇ ਜਾਨੀ ਨਰ ਸੁਲਤਾਨ ਨੂੰ ਜਦੋਂ ਨਰ ਸੁਲਤਾਨ ਨੂੰ ਖੁਸ਼ੀਆਂ ਦੇ ਨਾਲ ਜਾਨੀ ਲੈ ਗਿਆ ਘਰੇ ਸੇਵਾ ਕੀਤੀ ਤੈਨੂੰ ਮਨੂ ਲਾ ਕੇ ਦੂਜੇ ਦਿਨ ਕਹਿਣ ਲੱਗਿਆ ਸੁਲਤਾਨ ਕਹਿੰਦਾ ਤੇਰੀ ਪਰਜਾਈ ਦਾ ਬੈਦਮੈਂ ਤੈਨੂੰ ਚੌਥੇ ਦਿਨ ਨਹੀਂ ਮਿਲਣਾ ਮੈਂ ਜ਼ਰੂਰੀ ਜਾਣਾ ਜਾਨੀ ਫੇਰ ਮਿਲਾਂਗੇ ਮਲਾ ਕੇ ਵੀਰ ਦੇ ਨਾ ਹੱਥ ਉੱਥੋਂ ਚਾਲੇ ਪਾ ਦਿੱਤੇ ਇੰਦਰਗੜ ਪਹੁੰਚ ਗਿਆ ਖੁਸ਼ੀਆਂ ਹੋਈਆਂ ਸਾਰੇ ਸ਼ਹਿਰ ਨੂੰ ਕਿ ਉਹਦੇ ਦੀਵੇ ਬਾਲੇ ਗਏ ਐ ਹਾਣੀ ਮਿਲਦੇ ਆ ਭੱਜ ਕੇ ਆ ਕੇ ਤੇ ਚਾਚਾ ਕਿਰਸੋ ਰੈ ਇਹਨੂੰ ਖੁਸ਼ੀਆਂ ਹੋਈਆਂ ਪਿਤਾ ਦੀ ਸੁਰਗਵਾਸ ਹੋਏ ਦੀ ਖਬਰ ਮਿਲੀ ਏ ਪਰਮੰਤ ਤੇ ਬੜੀ ਸੱਟ ਲੱਗੀ ਏ ਕਿ ਨਾ ਭਗਵਾਨ ਮੇਰੇ ਨਾਲ ਮੇਰੇ ਪਿਤਾ ਦਾ ਵਿਛੋੜਾ ਪਹਿਲਾ ਪਾਤਾ ਚਲ ਜੋ ਤੈਨੂੰ ਮਨਜ਼ੂਰ ਹੈ ਹੋਣਾ ਤਾਂ ਉਹੀ ਹੈ ਪਰ ਗੁਰਮਖ ਪਿਆਰਿਓ ਸਮੇਂ ਦੇ ਮਤਲਕ ਮੁਨਸੀ ਮੁਸੱਦੀ ਮਿਲੇ ਆ ਕੇ ਇੱਕ ਦਿਨ ਪਿਆਣੀ ਨਿਹਾਲ ਦੇਵ ਕਹਿੰਦੀ ਕਿ ਨੀ ਪਤੀ ਦੇਵ ਇਹ ਜਿਹੜੇ 12 ਸਾਲ ਗੁਜ਼ਾਰੇ ਆ ਕਿੰਦਾ ਬੜੀ ਤਕਲੀਫ ਕੱਟੀ ਹੋਣੀ ਹੈ ਕਹਿੰਦਾ ਰਾਣੀ ਜਿਹੜੇ 2 ਮਹੀਨੇ ਸੀ 12 ਸਾਲ ਦੇ ਮੇਰੀ ਭੈਣ ਹੈ ਕੁਮਾਰਵਾੜ ਉਹਦੇ ਕੋਲ ਰਹੇ ਆ ਬੜੀ ਬਹਾਰਾਂ ਦੇ ਨਾਲ ਪਰ ਉਹਦੇ ਨਾਲ ਮੈਂ ਇੱਕ ਵਾਅਦਾ ਕਰਕੇ ਆਇਆ ਕਹਿੰਦੀ ਕੀ ਕਹਿੰਦਾ ਵੀ ਆਪਾਂ ਨੇ ਸ਼ੱਕ ਪੂਰਨ ਜਾਣਾ ਹੈ ਮੇਰੀ ਭੈਣ ਨਾਲ ਵਾਅਦਾ ਕੀਤਾ ਹੈ ਮੇਰਾ ਭਾਨਜਾ ਕਮਲ ਕੁਮਾਰ ਉਹਦੇ ਸ਼ੱਕ ਪੂਰਨ ਵਾਸਤੇ ਜਾਣਾ ਤੇ ਗੁਰਮਖ ਪਿਆਰੇ ਆਪਣੀ ਰਾਣੀ ਨੂੰ ਏ ਇਉਂ ਕਹਿੰਦੇ ਜੀ कुझरे असीं आके विच राज चेत वगे न बजोगेस काज वे उठिया सवेर जॾो हुई पर भात जीला जमेर रानी भरली पात जी ਚੱਲਣ ਅਜ ਮੇਰ ਰਾਣੀ ਮਾਰ ਬਾੜ ਨਾਮ ਹੈ ਧਰਮ ਪੈਣ ਮੇਰੀ ਦਾ ਜਾਣਾ ਸ਼ਕਪੂਰਨ ਨਾਨਦ ਸੁਣ ਤੇਰੀ ਦਾ ਜਾਣਾ ਸ਼ਕਪੂਰਨ ਕੋਈ ਬਾਦ ਆਇਆ ਕਰ ਕਵੇ ਨਾਲ ਉਹ ਦੇ ਯਾਤ ਜੀ ਚੱਲਣ ਅਜ ਮੇਰ ਰਾਣੀ ਪਰਲੀ ਹੈ ਪਾਤ ਜੀ ਚੱਲਣਾ ਜਮੇਰ ਰਾਣੀ ਸਾਧਿਓ ਨੇ ਕਰਨੀ ਹੈ ਕਮਲ ਕੁਮਾਰ ਦੀ ਜਾਣਾ ਹੈ ਜ਼ਰੂਰੀ ਓਟ ਤੱਕ ਕਰਤਾਰ ਦੀ ਜਾਣਾ ਹੈ ਜ਼ਰੂਰੀ ਹੋ ਉਠਾ ਤੇਲ ਦਿਆ ਸਮਾਨ ਕਾ ਦੀ ਬਾਤ ਜੀ ਚੱਲਣਾ ਜਮੇਰ ਰਾਣੀ ਪਰਲੀਏ ਪਾਤ ਜੀ ਚੱਲਣਾ ਜਵੇਰ ਰਾਣੀ ਉੱਚ ਦੇ ਬੇਗਲਾ ਫੇਰਾ ਤੋਰਗੇ ਬਚਾ ਕੇ ਨੇ ਨੇੜੇ ਸ਼ਹਿਰ ਗਾਜਨ ਦੇ ਪਹੁੰਚ ਗਏ ਜਾ ਕੇ ਨੇ ਨੇੜੇ ਸ਼ਹਿਰ ਗਾਜਨ ਕੋਈ ਮਾਰ ਦੇ ਨਿਗਾਨੇ ਸਾਰੇ ਰਸ ਤੇ ਦੀ ਖਾਤ ਜੀ ਚੱਲਣਾ ਜਵੇਰ ਰਾਣੀ ਪਰਲੀਏ ਪਾਤ ਜੀ ਚੱਲਣ ਅਜ ਮੇਰ ਰਾਣੀ ਫੇਰ ਨ ਇੱਕ ਜੰਗਲ ਚੋਂ ਕਾਢ ਕੇ ਢਾ ਲਿਆ ਕੋੜਾ ਰਾਜ ਰਾਣੀ ਨੇ ਹੈ ਉਹਦੇ ਪਿੱਛੇ ਲਾ ਲਿਆ ਕੋੜਾ ਰਾਜ ਰਾਣੀ ਨੇ ਕੋਈ ਲੱਭਿਆ ਕਿ ਤੂੰ ਨਹੀਂ ਫੇਰ ਪੈ ਗਈ ਆਨ ਰਾਤ ਜੀ ਚੱਲਣ ਅਜ ਮੇਰ ਰਾਣੀ ਪਰ ਲੀਏ ਪਾਤ ਜੀ ਚੱਲਣਾ ਜਮੇਰ ਰਾਣੀ ਬਨ ਤੇ ਰੰਗ ਆਕੇ ਨਿੱਤੇ ਇੱਕ ਬੋੜ ਦੇ ਕਿੜਾ ਉਸ ਪਾਰਬੂਦ ਲਖਤਲ ਮੋੜ ਦੇ ਕਿੜਾ ਉਸ ਪਾਰਬੋ ਓਏ ਲੱਬਿਆ ਕੇ ਤੋਲੀ ਫੇਰਾ ਪੈ ਗਈ ਆਨ ਰਾਤ ਜੀ ਚੱਲਣਾ ਜਮੇਰ ਰਾਣੀ ਪਰ ਲੀਏ ਪਾਤ ਜੀ चलण अॼेर रानी अधी रातो बाद पैरा राजे न लॻालिस्मत माड़ी जोर नींद ने पालियािस्मत माड़ी हो जागे सरताल राणी सुती बेखयात जी चलण जमेर रानी भरली पाती चलण अजेर रानी सुबुह राजा हाका मार दी रानी लो जंगला च छॾ के रोई हाणी नो जंगल च छॾ के पुर विदल बारे सल तर पैदा चलण जमेर रानी पार जी ਚੱਲ ਰਾਜਮੇਰ ਰਾਣੀਓ ਗਾਗਨੀ ਸ਼ਹਿਰ ਦੇ ਜਦੋਂ ਨਜ਼ਦੀਕ ਜਾ ਰਹੀ ਜੰਗਲ ਦੇ ਵਿੱਚ ਇੱਕ ਹਰਨ ਉੱਠ ਕੇ ਮੂਹਰੇ ਹੋ ਲਿਆ ਚਾਚਾ ਕੇਥੋਂ ਆਏ ਕਹਿੰਦੇ ਕਹਿੰਦਾ ਸੁਲਤਾਨ ਇਹ ਸਗਨ ਮਾਰੇ ਹੋਇਆ ਜਿਹੜਾ ਰਸਤਾ ਕੱਟ ਦਿੱਤਾ ਹਰਨ ਨੇ ਕਹਿੰਦਾ ਚਾਚਾ ਫਿਕਰ ਕਿਹੜੀ ਗੱਲ ਦਾ ਕਰਦਾ ਹੈ ਯਾਦ ਦੇ ਬਹਿਮਾਚਨੀ ਬਣੀ ਬੜੀਂਦਾ ਹੁੰਦਾ ਇਸ ਜੇ ਹਿਰਨ ਦਾ ਤੈਨੂੰ ਮੀਟ ਸ਼ਿਕਾਰਦਿਆਂ ਕਰਕੇ ਫੇਰ ਠੀਕ ਹੈ ਮੂਰੇ ਘੋੜਾ ਸੁਲਤਾਨ ਦਾ ਮਗਰ ਰਾਣੀ ਨਿਹਾਲਦੇਵ ਦਾ ਦੋਆ ਦਾ ਪਰ ਰਾਣੀ ਨਿਹਾਲਦੇਵ ਦੀ ਮਰਦਾਨੇ ਕੱਪੜੇ ਪਾਏ ਵਿੱਚ ਦੋਆ ਦੇ ਘੋੜੇ ਲਾਏ ਹੈ ਹਿਰਨ ਦੀ ਮਗਰ 70 75 ਮੀਲ ਦਾ ਫੈਸਲਾ ਕਰ ਗਏ ਐ ਪਰ ਹਿਰਨ ਨਹੀਂ ਲੱਭਿਆ ਕਿਤੋਂ ਤਾਂ ਫੇਰ ਉੱਥੇ ਸੋਚਦੀ ਐ ਮੂੰਹ ਨੇੜਾ ਹੋਇਆ ਇੱਕ ਬੋਰਡ ਆ ਕੇ ਸਾਫ ਸੁਥਰੀ ਜਗ੍ਹਾ ਦੇਖ ਕੇ ਉਸ ਬੋਰਡ ਦੇ ਹੇਠਾਂ ਚਲੇ ਗਏ ਕਹਿੰਦਾ ਰਾਣੀ ਆਪਾਂ ਇੱਥੇ ਰਾਤ ਕੱਟਣੀ ਏ ਉਹ ਆਦੀ ਜੀ ਠੀਕ ਐ ਘੋੜੇ ਬੰਨ ਦਿੱਤੇ ਕੱਪੜਾ ਬਿਛਾਇਆ ਕਹਿੰਦਾ ਲੈ ਅੱਧੀ ਰਾਤ ਤੱਕ ਤਾਂ ਪਹਿਰਾ ਮੈਂ ਦੇ ਦਿੰਨਾ ਅੱਧੀ ਰਾਤ ਦੇ ਬਾਅਦ ਤੂੰ ਦੇ ਉਹ ਕਹਿੰਦੀ ਜੀ ਠੀਕ ਐ 12 ਜਦੋਂ ਵੱਜੇ ਆ ਰਾਤ ਦੇ ਸੁਲਤਾਨ ਦੇ ਦੇਖੀਏ ਘੜੀ ਕਿ ਨਾ ਰਾਣੀ ਨੂੰ ਢਾਲ ਦਈਏ ਹੁਣ ਰਾਣੀ ਨੇ ਲੱਗਿਆ ਢਾਲਣ ਜਦ ਰਾਣੀ 12 ਵਜ ਗਈ ਹੁਣ ਤੂੰ ਪਹਿਲੇ ਤੇ ਖੜ ਜਾ ਭਿਆਨਕ ਜੰਗਲ ਹੈ ਪੂਰੀ ਚੁਸਤ ਹੋ ਕੇ ਰਹਿਣਾ ਹੋਊਗਾ ਤੇ ਸੁਲਤਾਨ ਪੈ ਗਿਆ ਰਾਣੀ ਖੜੀ ਹੋ ਗਈ ਪਹਿਲੇ ਤੇ ਕੁਛੇਰ ਖੜੀ ਹੈ ਰਾਣੀ ਸੋਚਨੀ ਹੈ ਮਨਾਂ ਜਾਗਦੇ ਹੀ ਰਹੇ ਨੇ ਮੈਂ ਜਾ ਹੀ ਟਾਂ ਬੈਠ ਗਈ ਆਖਰਕਾਰ ਅੱਖਾਂ ਦੇ ਵਿੱਚ ਨੀਂਦ ਲੜਕਦੀ ਸੀ ਰਾਣੀ ਦੇ ਮਸਾ 2 ਘੰਟੇ ਪਹਿਰਾ ਦਿੱਤਾ ਹੋਣੇ ਤੀਜੇ ਘੰਟੇ ਨੂੰ ਰਾਣੀ ਤੇਢੀ ਹੋ ਗਈ ਨੀਂਦ ਬਾਹਰਦ ਹੋ ਗਈ ਨੀਂਦ ਨੇ ਪਾਲਿਆ ਜੋਰ ਓਟ ਬੋੜ ਦੇ ਵਿੱਚ ਰਹਿੰਦੀ ਸੀ ਨਾਗਣੀ ਉਹ ਬੰਦੇ ਤੇ ਸਵਾਸ ਪੀਂਦੀ ਸੀ ਉਤਰੀ ਹੇਟ ਧਰ ਕੇ ਮੁੱਖ ਦੇ ਉੱਤੇ ਮੁੱਖ ਰਾਣੀ ਦੇ ਸਵਾਸ ਪੀ ਕੇ ਫੇਰ ਬਾਹਰ ਚਲੀ ਗਈ ਉਤੀ ਪਰ ਜਦੋਂ ਸੁਲਤਾਨ ਉੱਠਿਆ ਤੜਕੀ ਆਵਾਜ਼ਾਂ ਮਾਰਦਾ ਕਿੱਥੋਂ ਉੱਠਣਾ ਸੀ ਰਾਣੀ ਨੇ ਮੁਖੜੇ ਤੋਂ ਤਾਰਿਆ ਪੱਲਾ ਕਿਹੜਾ ਪਿਛੇ ਖੂਨ ਮੁੜ ਗਿਆ ਕਿਹਦੇ ਤੇ ਬਗੌੜ ਹੋ ਗਈ ਛਾਇਆ ਫਿਰ ਗਈਆਂ ਉਹ ਸੋਚਦੇ ਮਨਾਂ ਇਤ ਰੱਬ ਨੂੰ ਪਿਆਰੀ ਹੋ ਗਈ ਐ ਤਾਂਾਂ ਮਾਰੀਆਂ ਸੁਲਤਾਨ ਨੇ ਪਰ ਕਹਿੰਦਾ ਰੋਇ ਤੇ ਕੀ ਬਣਦਾ ਮੂਰਖ ਰੋਮ ਦਾ ਬੰਦ ਨਾ ਨੀਰ ਹੋਵੇ ਗਿਆਨੀ ਪੁਰਸ਼ ਜੋ ਹੱਥ ਕੇ ਭੋਗ ਲੈਂਦਾ ਜਿਹੜੀ ਮੱਥੇ ਦੀ ਲਿਖੀ ਤਕਦੀਰ ਹੋਵੇ ਭਗਵਾਨ ਜਾਂ ਤਾਂ ਕਿਸੇ ਦੀ ਜੋੜੀ ਤੂੰ ਬਣਾਈ ਨਾ ਜੇ ਮਿਲ ਜਾਵੇ ਜੇ ਬਣਾਦ ਵੀ ਉਹਨਾਂ ਦੇ ਵਿਛੋੜੇ ਪਾਈ ਨਾ ਇੱਕ ਧੜਕੇ ਮਨ ਨੂੰ ਧੀਰ ਕਹਿੰਦਾ ਮੰਨਾ ਹੁਣ ਇਹਦਾ ਕਫਨ ਦਾ ਕਿ ਹੀਲਾ ਕਰੀਏ ਇੱਕ ਕਫਨ ਲੈਣ ਦੀ ਤਿਆਰੀ ਕਰਦਾ ਹੋ ਕੇ ਘੋੜੇ 'ਤੇ ਸਵਾਰ ਕਿਸੇ ਸ਼ਹਿਰ ਨੂੰ ਜਾਂ ਕਿਸੇ ਪਿੰਡ ਨੂੰ ਜਾ ਰਹੇ ਲੈ ਵੀਰਾਂ ਦੇ ਕੋਲੋਂ ਕਬਤਾ ਸੁਣੋ ਭਲਾ ਵੀ ਹੇ ਇਹੋ ਜਾਂਦਾ ਜੀ ਪਾਇਆ ਕਫਾ ਰਾਣੀ ਦੀ ਦੇਖੀ ਉੱਤੇ ਪਾਇਆ ਕੱਪੜਾ ਰਣੀ ਦੇਖੀ ਉੱਤੇ ਕੱਪੜਾ ਲੱਕੜਾ ਲੈਣ ਨੂੰ ਤਿਆਰੀਆਂ ਨੇ ਓਏ ਲੈੜੇ ਦੇਖਾ ਦਾ ਪਿੰਡ ਨਾ ਸ਼ਹਿਰ ਕੋਈ ਲੈੜੇ ਦੇਖਾ ਦਾ ਪਿੰਡ ਨਾ ਸ਼ਹਿਰ ਕੋਈ ਫੇਰੇ ਲੱਭਦਾ ਘੋੜੇ ਅਸਵਾਰ ਆਲੇ केसर गाड़ी में पहुंच गया पूप जाके केसर गाड़ी में पहुंच गया भूप जाके देखे हट्टियां निगा जो मारिया ने पैसे कद मदा बादशाह जी पैसे कद मदा बादशाह जी लेना कपड़ा मुखो ਪੁਚਾਰਿਆਲੇ ਪੁਛੇ ਅਤਰ ਕਪੂਰ ਤੇ ਤੇਲ ਖੜਿਆ ਪੁਛੇ ਅਤਰ ਕਪੂਰ ਤੇ ਤੇਲ ਖੜਿਆ ਯਾ ਤਰੀ ਕਿਤਰੀ ਦਕਾਨ ਕਮਾਰੀਆਂ ਨੇ ਓ ਓਲਾ ਅੱਗੇ ਪਰੋਸਤਾ ਹਾਲ ਸਾਰਾ ਜੀ ਓਲਾ ਅੱਗੇ ਪਰੋਸਤਾ ਹਾਲ ਸਾਰਾ ਦੁਹੇ ਬੈਠੀ ਆ ਖੂਬ ਸ਼ਿੰਗਾਰੀਆਂ ਲੈ ख़ुश सल्तान दा, होश बिगड़े होश बिगड़े होश बिगड़े ख़ुशनिख सल्तान दा, होश बिगड़े कम जादू जे करण खाते यारीअ ने किता बकराल ताल ताईं बई ककार ल ਸੁਲਤਾਨ ਤਾਈ ਅੰਦਰ ਬਲ ਕੇ ਕੁੰਬੜਾ ਡਾਰੀਆਂ ਲੈ ਰਾਣੀ ਪਾਈ ਨਿਹਾਲ ਦੇ ਮਰੀ ਜਿੱਥੇ ਰਾਣੀ ਪਾਈ ਨਿਹਾਲ ਦੇ ਮਰੀ ਜਿੱਥੇ ਜੋਗੀ ਆ ਗਿਆ ਪਾਉਣ ਸਵਾਰੀਆਂ ਨੇ ਉਹ ਹਾਕਾ ਮਾਰਦਾ ਉੱਠ ਕੇ ਬੈਠ ਰਾਇਆ ਜੀ ਹਾਕਾ ਮਾਰਦਾ ਉੱਠ ਕੇ ਬੈਠ ਰਾਇਆ ਮਰ ਗਿਆ ਏ ਮਨ ਬਚਾਰੀਆਂ ਲੈ ਪੜ ਕੇ ਘਰੜਾ ਪ੍ਰਭੂ ਤਦੀ ਮਾਰ ਚੁਟਕੀ ਪੜ ਕੇ ਘਰੜਾ ਪ੍ਰਭੂ ਤਦੀ ਮਾਰੇ ਚੁਟਕੀ ਬੈਠਾ ਕਰ ਲਿਆ ਖੁੱਲੀਆਂ ਤਾਰੀਆਂ ਨੇ ਉਹ ਦੇਖੇ ਪਤਨੀ ਨੂੰ ਲਾਜਰਨੀ ਆਮਦਾ ਹੈ ਆਮਦਾ ਹੈ ਆਮਦਾ ਹੈ ਜੀ ਉਹ ਦੇਖੇ ਪਤੀ ਨੂੰ ਨਾਜ਼ਰ ਨਹੀਂ ਆਮਦਾ ਹੈ ਅੱਗੋ ਸਾਧੂ ਨੇ ਦਸੀਆਂ ਸਾਰੀਆਂ ਨੇ ਜੋਗੀ ਤੁਰ ਗਿਆ ਉਥੋਂ ਗਲ ਬਾਹਰ ਸਿੰਘਾ ਜੋਗੀ ਤੁਰ ਗਿਆ ਉਥੋਂ ਗਲ ਬਾਹਰ ਸਿੰਘਾ ਰਾਣੀ ਘੋੜੇ ਨੂੰ ਅੱਡੀਆਂ ਮਾਰੀਆਂ ਨੇ ਜੇ ਕੁਸ ਮਾਲਕ ਕਰਨਾ ਲੋੜੇ 100 ਸਵਾਭਿਕ ਪਲਮੇ ਜੋੜੇ ਕੁਦਰਤ ਨੇ ਮਹਾਨ ਹਸਤੀ ਮੰਗਲਨਾਥ ਜੋਗੀ ਤੇ ਗੁਰਮੁਖ ਪਿਆਰੇ ਉੱਤੇ ਪਛਾ ਦਿੱਤਾ ਉਹਨੇ ਦੇਖ ਕੇ ਕੱਪੜਾ ਦੇਖਿਆ ਉਤਾਰ ਕੇ ਖੂਨ ਮੁੜਿਆ ਹੋਇਆ ਮਗਰ ਕਿਹਦੇ ਤੇ ਸ਼ਾਨੀਆਂ ਫਿਰੀਆਂ ਹੋਈਆਂ ਨਹੀਂ ਕਹਿੰਨਾ ਮਨਾ ਇਹ ਤਸਰਪ ਨੇ ਗਾਲ ਦਿੱਤਾ ਗੁੱਸਾ ਆਇਆ ਮੰਗਲਨਾਥ ਜੋਗੀ ਨੂੰ ਪੜ ਕੇ ਭੂਤ ਉਸ ਬੋੜ ਦੇ ਵਿੱਚ ਮਾਰਦਾ ਆਪ ਗੁੱਸੇ ਦੇ ਵਿੱਚ ਆ ਕੇ 360 ਕੜੇ ਦਾ ਧਨੀ ਸੀ ਉਹ ਲੈ ਕੇ ਟਾਣੀ ਆਪ ਲੱਗ ਗਿਆ ਹੱਥੌੜਾ ਕਰਨ 나ਗਣੀ ਫਟਾਫਟਾ ਆਈਏ ਧਰ ਕੇ ਮੁਖ ਦੇ ਉੱਤੇ ਮੁਖ ਰਾਣੀ ਦੇ ਸਵਾਸ ਚਾਲੂ ਕਰ ਦਿੱਤੇ ਏ ਰਾਣੀ ਰਾਮ ਰਾਮ ਕਰਦੀ ਬੈਠੀ ਹੋਗੀ ਜਦੋਂ ਬੈਠੀ ਹੋਈ ਹੈ ਕੀ ਵੇਖਦੀ ਹੈ ਇੱਕ ਮਹਾਨ ਸਤੀ ਜੋਗੀ ਨજર ਕਿਉਂ ਨਾ ਪੈ ਗਿਆ ਰੱਬੀ ਰੂਪ ਸੰਤ ਉੱਠੀ ਹੈ ਰਾਣੀ ਉਹਨੇ ਉੱਠ ਕੇ ਚਰਨੀ ਸੀਸ ਨਮਾਇਆ ਨਾਲੇ ਕਹਿੰਦੀ ਏ ਕਿ ਨਹੀਂ ਮਹਾਤਮਾ ਜੀ ਇੱਥੇ ਮੇਰੇ ਨਾਲ ਦੇ ਸਾਥੀ ਨਹੀਂ ਦੇਖਿਆ ਤੁਸੀਂ ਉਹ ਕਹਿੰਦਾ ਤੇਰੇ ਨਾਲ ਦਾ ਸਾਥੀ ਤਾਂ ਭਾਈ ਕਿਤੇ ਤੇਰੇ ਕਫਨ ਨੂੰ ਗਿਆ ਬਾਹ ਹੋਊਗਾ ਤੂੰ ਤਾਂ ਮੋਇਆ ਪਿਆ ਤੀ ਜਿਸ ਮੌਕੇ ਇੰਨੀ ਗੱਲ ਕਹੀ ਏ ਰਾਣੀ ਹੱਥ ਜੋੜੀ ਖੜੀ ਏ ਏ ਮਹਾਤਮਾ ਤੁਸੀਂ ਮੇਰੇ ਜੱਗ ਦੇ ਵਿੱਚ ਫੇਰ ਸੀਰ ਪਾ ਦਿੱਤਾ ਧੰਨਵਾਦ ਕਰਕੇ ਮੰਗਲਾਂਤ ਜੋਗੀ ਆਪਣੇ ਰਸਤੇ ਪੈ ਗਏ ਤੇ ਰਾਣੀ ਆਪਣੇ ਰਸਤੇ ਪਈ ਹੈ ਕਿੱਥੇ ਪਹੁੰਚ ਗਈ ਆ ਕੇ ਕੇਸਰਗਾੜੀ ਦੇ ਵਿੱਚ ਉਹ ਵਾਜਾ ਮਾਰਦੇ ਹਲਾਲੇ ਕਿਨੇ ਨੇ ਉਹ ਵੀਰ ਕੱਪੜੇ ਦੇ ਪੈਸੇ ਦੇ ਗਏ ਤੂੰ ਕੱਪੜਾ ਲੈਣ ਨਹੀਂ ਆਇਆ ਰਾਣੀ ਸੋਚਦੀ ਹੈ ਮੇਰਾ ਪਤੀ ਇੱਥੇ ਪਹੁੰਚ ਗਿਆ ਉਧਰ ਲੱਕੜਹਾਰੇ ਵਾਜਾ ਮਾਰਦੇ ਐ ਕਿੰਨੀ ਵੀਰ ਲੱਕੜਾਂ ਦੇ ਪੈਸੇ ਦੇ ਗਿਆ ਲੱਕੜਾਂ ਤੂੰ ਲੈ ਹੀ ਨਹੀਂ ਆਇਆ ਕਿੰਨੀ ਇੱਥੇ ਤੱਕ ਆ ਗਿਆ ਪਤੀ ਮੇਰਾ ਇੱਕ ਮਹਿਰਿਆਂ ਦੀ ਬੁਢੀ ਸੀ ਉਹਨੂੰ ਪੁੱਛਿਆ ਮੇਰੇ ਵਰਗਾ ਨੌਜਵਾਨ ਬੀਬੀ ਕਿਹੜਾ ਇੱਥੇ ਪਹੁੰਚ ਗਿਆ ਤੋਂ ਪਤਾ ਨਹੀਂ ਲੱਗਿਆ ਤੇ ਉਹ ਮਹਿਰਿਆਂ ਦੀ ਬੁਢੀ ਇੱਕ ਦੱਸਦੀ ਹੈ ਗੱਲਾਂ ਕਿੰਨੀ ਆ ਜਿਹੜਾ ਬਾਦਸ਼ਾਹ ਹੈ ਨਾ ਇਹ ਬਾਦਸ਼ਾਹ ਦੀ ਲੜਕੀ ਹੈ ਉਹ ਜਾਦੂ ਦੇ ਵਿੱਚ ਭਰਪੂਰ ਹੈ ਇਹ ਸੌਕਣਾ ਉਹਦੇ ਸਿਰ ਤੇ ਕਾਰੇ ਕਰਦੀਆਂ ਨੇ ਤੇਰਾ ਵੀਰ ਨਹੀਂ ਤੈਨੂੰ ਮਿਲਣਾ ਹੋ ਸਕਦਾ ਇਹਨਾਂ ਨੇ ਕਾਬੂ ਕਰ ਲਿਆ ਹੋਵੇ ਇੱਕ ਵੀਰਾਂ ਦੇ ਕੋਲੋਂ ਕਪਤਾ ਸੁਣੋ ਮਹਿਰਿਆਂ ਦੀ ਬੁੜੀ ਅਜੇ ਨਰ ਸੁਲਤਾਨ ਨੂੰ ਹੈ ਇਉਂ ਦੱਸਦੀ ਆ ਵੇ ਹਾ ਤੇਰੀ ਚਤਰੀ ਦੋਏ ਪਰਣਾ ਜਾਦੂ ਜਾਣਦੀਆਂ ਵੇਚਣ ਅਤਰ ਫਲੇ ਲਾਟੀ ਤੇ ਮੌਜਾ ਮਾਨਦੀਆਂ ਵੇਚਣ ਅਤਰ ਫਲੇ ਲਾਟੀ ਤੇ ਮੌਜਾ ਮਾਨਦੀਆਂ ਓਏ ਅੱਗੇ ਵਾਲੀ ਗੱਲ ਤੈਨੂੰ ਸਮਝਾਵਾ ਸਾਰੀ ਵੇ बेठी महल चरा कुड़ी कमारी वे बी महल चारा जे दे है कुड़ी कमारी वेही सिखी सनखा पुरश फसाउदी कोनखा पुरश फसाउदी कोशी मार जाण अंबर ते डारी वे ਬੈਠੀ ਮਹਿਲ ਚ ਰਾਜੇ ਦੇ ਹੈ ਕੁੜੀ ਕਮਾਰੀ ਵੇ ਬੈਠੀ ਮਹਿਲ ਚ ਰਾਜੇ ਦੇ ਹੈ ਕੁੜੀ ਕਮਾਰੀ ਵੇ ਜੇ ਤੂੰ ਉਸ ਨੂੰ ਬਿਆਲੇ ਕਾਰਜ ਸਿਮਰ ਜਾਣ ਸਾਰੇ ਓਦੇ ਸਿਰ ਤੇ ਡਣਾ ਐਸੇ ਕਰਦਿਆ ਨੇ ਕਾਰੇ ਓਦੇ ਸਿਰ ਤੇ ਡਣਾ ਐਸੇ ਕਰਦਿਆ ਨੇ ਕਾਰੇ ਓ ਇਸ ਕਾਜ ਨੂੰ ਕਰ ਲੈ ਹੱਥ ਕਵਾਣ ਤਵਾਰੀ ਵੇ ਬੈਠੀ ਮਹਿਲ ਚ ਰਾਜੇ ਦੇ ਹੈ ਕੁੜੀ ਕਮਾਰੀ ਵੇ ਬੈਠੀ ਮਹਿਲ ਚ ਰਾਜੇ ਦੇ ਹੈ ਕੁੜੀ ਕਮਾਰੀ ਵੇ ਮਨਸਨ ਪਾਲਦੀ ਕਨਿਆ ਦਾ ਹੈ ਪਰਨ ਨਿਆ ਰਾਜ ਜੀ 70 ਮਨਦਾਰ ਰਖਿਆ ਬਾਗ ਚ ਉਸ ਨਗਾਰਾ ਜੀ 70 ਮਨਦਾਰ ਰਖਿਆ ਬਾਗ ਚ ਉਸ ਨਗਾਰਾ ਜੀ ਟੜਕੇ ਜਾ ਕੇ ਯੋਦੇ ਤੇ ਤੂੰ ਚੋਟਾਂ ਮਾਰੀ ਬੇ ਬੈਠੀ ਮਹਿਲ ਤੇ ਰਾਜੇ ਦੇ ਹੈ ਕੁੜੀ ਕੁਮਾਰੀ ਵੇ ਬੈਠੀ ਮਹਿਲ ਤੇ ਰਾਜੇ ਦੇ ਹੈ ਕੁੜੀ ਕੁਮਾਰੀ ਵੇ ਸੁਣਿਆ ਨਾ ਸੁਲਤਾਨ ਤੇਰੇ ਲਈ ਕੰਮ ਨਹੀਂ ਐਸਾ ਦੁਨੀਆਂ ਵਿੱਚ ਬਲਵਾਨ ਨਹੀਂ ਕੋਈ ਰਾਜਪੂਤ ਜੈਸਾ ਦੁਨੀਆਂ ਵਿੱਚ ਬਲਵਾਨ ਨਹੀਂ ਕੋਈ ਰਾਜਪੂਤ ਜੈਸਾ ਕੋਲ ਕਰਕੇ ਦੇਖ ਯਕੀਨ ਕਦੇ ਨਹੀਂ ਆਉਂਦੀ ਹਾਰੀ ਵੇ ਬੈਠੀ ਮਹਿਲ ਤੇ ਰਾਜੇ ਦੇ ਹੈ ਕੁੜੀ ਕਮਾਰੀ ਵੇ ਬੈਠੀ ਮਹਿਲ ਤੇ ਰਾਜੇ ਦੇ ਹੈ ਕੁੜੀ ਕਮਾਰੀ ਵੇ ਉਠ ਸਵੇਰੇ ਚੇਤੇ ਪਹਿਲਾਂ ਸਤਗੁਰ ਨੂੰ ਕਰਿਆ ਉਸ ਬਾਗ ਵਿੱਚ ਜਾ ਕੇ ਪੈਰ ਨਿਹਾਲ ਦੇ ਬਤਰਿਆ ਉਸ ਬਾਗ ਵਿੱਚ ਜਾ ਕੇ ਪੈਰ ਨਿਹਾਲ ਦੇ ਬਤਰਿਆ ਉਹ ਹੱਥ ਜੋੜ ਕੇ ਅਰਜਾ ਕਰਦੀ ਬਾਰੋ ਬਾਰੀ ਵੇ बेठी महल चरा जे कुड़ी कुमारी बेठी महल चरा जे कुड़ी कुमारी वे चकलियां चोबी लाणु नगारे जरती गूंजन ला थी शहर च सारे जे धरती गूंजन ला थी शहर च सारे जेब बड़ा जय माला फेर गले में डारी वे ਬੈਠੀ ਮਹਿਲ ਚ ਰਾਜੇ ਦੇ ਹੈ ਕੁੜੀ ਕਮਾਰੀ ਵੇ ਬੈਠੀ ਮਹਿਲ ਚ ਰਾਜੇ ਦੇ ਹੈ ਕੁੜੀ ਕਮਾਰੀ ਵੇ ਮਨਤਨ ਪਾਲ ਰਾਜੇ ਨੂੰ ਖੁਸ਼ੀਆਂ ਹੋਣ ਹਜ਼ਾਰ ਜੀ ਉੱਠ ਖੜੀ ਹੈ ਕਨਿਆ ਬਾਰੋਂ ਅਜਮਟਿਆਰ ਜੀ ਉੱਠ ਖੜੀ ਹੈ ਕਨਿਆ ਬਾਰੋਂ ਅਜਮਟਿਆਰ ਜੀ ਓਏ ਹੁੰਦੇ ਨੇ ਦਲਬਾਰੇ ਫੇਰੇ ਨਾਲ ਕਟਾਰੀ ਵੇ बैठी महल चराजे दे है कुड़ी कुमारी वे बैठी महल चराजे दे है कुड़ी कुमारी वे हो उस बुड्ढी दे ਕੋਲ ਸੁਣ ਕੇ ਹਾਲ ਪਹਿਲੇ ਤਾਂ ਕੀਤੀ ਹੈ مالک ਦੀ ਬੰਦਗੀ ਕਿ ਨਹੀਂ ਭਗਵਾਨ ਮੇਰੀ ਬੇਨਤੀ ਹੈ ਮੇਰੇ ਪਤੀ ਦੀ ਤਾਕਤ ਜਿਹੜੇ ਮੇਰੇ ਬਾਜੂਆਂ ਦੇ ਵਿੱਚ ਆ ਜਾਵੇ ਮੈਂ ਨਗਾਰਿਆਂ ਨੂੰ ਵਜਾ ਸਕਾਂ اے ਭਗਵਾਨ ਇਹ ਤੇਰੇ ਹੱਥ ਹੈ ਮੇਰੀ ਜਿੱਤ ਕਰਾਉਣੀ ਬਾਗ ਦੇ ਵਿੱਚ ਪਹੁੰਚ ਗਈ ਐ ਰਾਣੀ ਨਿਹਾਲਦੇਵ ਤੇ ਗੁਰਮਖ ਪਿਆਰਿਓ ਚੱਕ ਲਿਆ ਚੋਬਾਂ ਲਾਗੀ ਬਜਾਉਣ ਗੂੰਜਾਂ ਪਾਤੀਆਂ ਸਾਰੇ ਸ਼ਹਿਰ ਦੇ ਵਿੱਚ ਪਤਾ ਲੱਗਿਆ ਮਥਨਪਾਲ ਬਾਦਸ਼ਾਹ ਨੂੰ ਵੀ ਮੇਰੀ ਲੜਕੀ ਨੂੰ ਵਿਆਹਣ ਵਾਲਾ ਕੋਈ ਅਜ ਬਾਗ ਦੇ ਵਿੱਚ ਪਹੁੰਚ ਗਿਆ ਪਰ ਲੜਕੀ ਨੂੰ ਪਤਾ ਲੱਗਿਆ ਲੈ ਕੇ ਆਪਣੀਆਂ ਸਹੇਲੀਆਂ ਨੂੰ ਤੇ ਜੈ ਮਾਲਾ ਤੇ ਗੁਰਮਖ ਪਿਆਰਿਓ ਮੂਹਰੇ ਆਪ ਹੋ ਗਈ ਮਗਰ ਸਹੇਲੀਆਂ ਨੇ ਜਿਸ ਮੌਕੇ ਆ ਕੇ ਨਿਹਾਲ ਦੇਵ ਦੇ ਕੀਤੇ ਆ ਦਰਸ਼ਨ ਆਹਾ ਕੁੜੀਆਂ ਸਿਫਤਾ ਕਰਦੀਆਂ ਨੇ ਰਸਕੁੰਬਲਾ ਕਹਿੰਦੀ ਤੇਰਾ ਪਤੀ ਤਾਂ ਇਹੋ ਜਿਹਾ ਜਿਵੇਂ ਮਾਂ ਨੇ ਕਿਸੇ ਇੰਦਰਾਪੁਰੀ ਚ ਪਾਲਿਆ ਹੁੰਦਾ ਜਿਵੇਂ ਸੀਤਾ ਦੀ ਐ ਰਾਮ ਦੀ ਜੋੜੀ ਬਣੀ ਸੀ ਥੋਡੀ ਇਸ ਤਰ੍ਹਾਂ ਦੀ ਜੋੜੀ ਹੈ ਉੱਥੇ ਸਿਫਤਾ ਲੱਗੀ ਹੈ ਕਰਨ ਜੈਮਾਲਾ ਪਾ ਕੇ ਪਤੀ ਦੇ ਚਰਨਾਂ ਦੇ ਵਿੱਚ ਤੇ ਕੇ ਮੱਥਾ ਨਾਲ ਲੈ ਕੇ ਮਹਿਲਾਂ ਨੂੰ ਆਉਂਦੀ ਹੈ ਆਪਣੇ ਹੱਥੀ ਭੋਜਨ ਕਰਕੇ ਤਿਆਰ ਕਿ ਨਿਪਤੀ ਦੇਵ ਪਹਿਲਾ ਭੋਜਨ ਛਕੋ ਕਿ ਨਾ ਰਾਣੀ ਭੋਜਨ ਦੇ ਤਾਂ ਬਾਅਦ ਦੀਆਂ ਗੱਲਾਂ ਨੇ ਤੇਰੀ ਯਾਤਰੀ ਚਾਤਰੀ ਦੇ ਕੋਲੇ ਮੇਰਾ ਵਜ਼ੀਰ ਫਸ ਗਿਆ ਉਹ ਮੇਰੇ ਵਜ਼ੀਰ ਨੂੰ ਉਹਨਾਂ ਦੇ ਕੋਲੋਂ ਸ਼ਦਾ ਦੇ ਭੋਜਨ ਆਪਾਂ ਬਾਅਦ ਦੇ ਵਿੱਚ ਛਕਾਂਗੇ ਤੇ ਰਾਮੇਸ਼ਰ ਦੜਹੀੜਾ ਤੇ ਦਲਵਾਰਾ ਸਿੰਘ ਜੀ ਛੇਵਾਲ ਦੇਵ ਸਿੰਘ ਸੇ ਸਾਥੀ ਹੈ ਇਉਂ ਬਿਆਨ ਕਰਦੇ ਆ ਜੀ ਭੇਜਿਆ ਸੀ ਮੰਤਰੀ ਰਸਤ ਲੈਣ ਜੀ ਆ ਤੇਰੇ ਤੇ ਚਾਤਰੀ ਸਮਝ ਡੈਣ ਜੀ ਹਤਰੀ ਤੇ ਚਾਤਰੀ ਸਮਝ ਡੈਣ ਜੀ ਉਹ ਜਾਦੂ ਨਾਲ ਕਬਜੇ ਚ ਕੀਤਾ ਵੀਰ ਨੂੰ ਉਹਨਾਂ ਤੋਂ ਛਡਾ ਦੇ ਮੇਰੇ ਤੂੰ ਵਜ਼ੀਰ ਨੂੰ ਉਹਨਾਂ ਤੋਂ ਛਡਾ ਦੇ ਮੇਰੇ ਤੂੰ ਵਜ਼ੀਰ ਨੂੰ ਇਹਨਾ ਕਹਿ ਨਾ ਰਾਣੀ ਮੇਰਾ ਇਹ ਪਗਾ ਦੇ ਤੂੰ ਫਸ ਗਿਆ ਕਸੂਤਾ ਉਹਨਾਂ ਤੋਂ ਛਡਾ ਦੇ ਤੂੰ ਫਸ ਗਿਆ ਕਸੂਤਾ ਉਹਨਾਂ ਤੋਂ ਛਡਾ ਦੇ ਤੂੰ ਕੋਈ ਬਾਥੀ ਕੋਲ ਸੁਣ ਕੇ ਤਰਾਵੇ تیر ਨੂੰ ਉਹ ਤਰਾਵੇ تیر ਨੂੰ ਉਹਨਾਂ ਤੋਂ ਛਡਾ ਦੇ ਮੇਰੇ ਤੂੰ ਵਜ਼ੀਰ ਨੂੰ ਉਹਨਾਂ ਤੋਂ ਛਡਾ ਦੇ ਮੇਰੇ ਤੂੰ ਵਜ਼ੀਰ ਨੂੰ ਬਾਂਦੀ ਨੂੰ ਬੁਲਾ ਕੇ ਸਾਰੀ ਸਮਝਾਉਂਦੀ ਆ ਜਾ ਕੇ ਕਹੇ ਜਰਾਸ ਕੁੰਬੜਾ ਬੁਲਾਉਂਦੀ ਆ ਜਾ ਕੇ ਕੈਦੇ ਰਾਸ ਕੁੰਬੜਾਂ ਬੁਲਾਉਂਦੀ ਐ ਉਹ ਦਾਸੀ ਨੂੰ ਸੁਣਾਵੇ ਕੱਤ ਜਾਬ ਹੀਰ ਨੂੰ ਉਹਨਾਂ ਤੋਂ ਛਡਾ ਦੇ ਮੇਰੇ ਤੂੰ ਵਜ਼ੀਰ ਨੂੰ ਉਹਨਾਂ ਤੋਂ ਛਡਾ ਦੇ ਮੇਰੇ ਤੂੰ ਵਜ਼ੀਰ ਨੂੰ ਆਖੀ ਜਦੋਂ ਬਾਂਦੀ ਨੇ ਕਹਾਣੀ ਸਾਰੀ ਐ ਹੋ ਆਖੀ ਜਦੋਂ ਬਾਂਦੀ ਲੈ ਕਹਾਣੀ ਸਾਰੀਆਂ ਲੈ ਕੇ ਸੁਲਤਾਨ ਨੂੰ ਓਡਾਰੀ ਮਾਰੀਆ ਲੈ ਕੇ ਸੁਲਤਾਨ ਨੂੰ ਓਡਾਰੀ ਮਾਰੀਆ ਉਸ ਮਲੇ ਜਰ ਨਾ ਹੋ ਕੇ ਕਸ਼ਮੀਰ ਨੂੰ ਉਹਨਾ ਤੋਂ ਛਡਾ ਦੇ ਮੇਰੇ ਤੂੰ ਵਜ਼ੀਰ ਨੂੰ ਉਹਨਾ ਤੋਂ ਛਡਾ ਦੇ ਮੇਰੇ ਤੂੰ ਵਜ਼ੀਰ ਨੂੰ ਕਹੇ ਰਸ ਕੁੰਭੜਾ ਪਤੀ ਨੂੰ ਬੋਲ ਕੇ ਆਪ ਮੈਂ ਲਿਆਉਨੀ ਆ ਉਹਨਾਂ ਨੂੰ ਟੋਲ ਕੇ ਆਪ ਮੈਂ ਲਿਆਉਨੀ ਆ ਉਹਨਾਂ ਨੂੰ ਟੋਲ ਕੇ ਕਾਕੇ ਮੁਖ ਮਾਲਕਾ ਤੁਰੀ ਅਖੀਰ ਨੂੰ ਉਹਨਾਂ ਤੋਂ ਛਡਾ ਦੇ ਮੇਰੇ ਤੂੰ ਵਜ਼ੀਰ ਨੂੰ ਉਹਨਾਂ ਤੋਂ ਛਡਾ ਦੇ ਮੇਰੇ ਤੂੰ ਵਜ਼ੀਰ ਨੂੰ ਮੋੜੀ ਉੱਤੇ ਬੈਠੀਆਂ ਆ ਆਨੰਦ ਲੈਣ ਜੀ ਉੱਥੇ ਰੱਥ ਕੁੰਬੜਾਂ ਜਾਂ ਪੌਂਚੀ ਪਹਿਣ ਜੀ ਉੱਥੇ ਰੱਥ ਕੁੰਬੜਾਂ ਜਾਂ ਪੌਂਚੀ ਪਹਿਣ ਜੀ ਕੋਈ ਦੋਹਾ ਦੀ ਬਣਾ ਤਾ ਉਹ ਲੈ ਲੀਰ ਲੀਰ ਲੂ ਆ ਦੋਹਾਂ ਦੀ ਬੜਾ ਤਾਉਨ ਲੀਰ ਲੀਰ ਨੂੰ ਹੋਣਾ ਤੋ ਛੜਾ ਦੇ ਮੇਰੇ ਤੂੰ ਵਜ਼ੀਰ ਨੂੰ ਹੋਣਾ ਤੋ ਛੜਾ ਦੇ ਮੇਰੇ ਤੂੰ ਵਜ਼ੀਰ ਨੂੰ ਦੋਏ ਭੈਣਾਂ ਦੀਆਂ ਘੰਡੀਆਂ ਮਰੋੜ ਕੇ ਤੋਤੇ ਨੂੰ ਲਿਆਈ ਪਤੀ ਪਾਠ ਮੋੜ ਕੇ ਤੋਤੇ ਨੂੰ ਲਿਆਈ ਪਤੀ ਪਾਠ ਮੋੜ ਕੇ ਓਏ ਹਾਲ ਸਮਝ ਆਉਂਦੀ ਸਾਰੇ ਰਾਣਾ ਹੀਰ ਨੂੰ ਸਾਰਾ ਰਾਣ ਹੀਰ ਨੂੰ ਉਹਨਾਂ ਤੋਂ ਛਡਾ ਦੇ ਮੇਰੇ ਤੂੰ ਵਜੀਰ ਨੂੰ ਉਹਨਾਂ ਤੋਂ ਛਡਾ ਦੇ ਮੇਰੇ ਤੂੰ ਵਜੀਰ ਨੂੰ ਗਾਜਲੀ ਨੂੰ ਘੋੜੇ ਮੋੜ ਲੈ ਭੂਪ ਲੈ ਮੋੜ ਲੈ ਭੂਪ ਲੈ ਸਾਰਿਆਂ ਨੂੰ ਉਹਨੇ ਦੁੱਖ ਪੁੱਛੇ ਖੂਪ ਲੈ ਸਾਰਿਆਂ ਨੂੰ ਉਹਨੇ ਦੁੱਖ ਪੁੱਛੇ ਖੂਪ ਲੈ ਭਿੰਦੇ ਤਲਵਾਰੇ ਫੌਦਾ ਕੋਲੇ ਨੀਰ ਨੂੰ ਉਹਨਾਂ ਤੋਂ ਛਡਾ ਦੇ ਮੇਰੇ ਤੂੰ ਵਜੀਰ ਨੂੰ ਉਹਨਾਂ ਤੋਂ ਛੁਡਾ ਦੇ ਮੇਰੇ ਤੂੰ ਵਜੀਰ ਨੂੰ ਓ ਭੋਜਨ ਲੈ ਕੇ ਜਦੋਂ ਰਾਣੀ ਆ ਗਈ ਕੋੜੇ ਕਹਿੰਦੀ ਪਤੀ ਦੇ ਭੋਜਨ ਸ਼ਕੋ ਕਹਿੰਦਾ ਭੋਜਨ ਤਾਂ ਨਹੀਂ ਮੈਂ ਸ਼ੱਕਦਾ ਉਹਨਾਂ ਚ ਜਿੰਨਾ ਚਿਰ ਮੈਨੂੰ ਮੇਰੇ ਵਜੀਰ ਨੂੰ ਨਹੀਂ ਛਡਾਉਂਦੀ ਆਤਰੀ ਚਤਰੀ ਦੇ ਕੋਲੇ ਫਸ ਗਿਆ ਉਹ ਕਹਿੰਦੀ ਬੰਦੀ ਜਾ ਪਾਜਾ ਆਤਰੀ ਚਤਰੀ ਨੂੰ ਬੁਲਾ ਕੇ ਲਿਆ ਬੰਦੀ ਪਹੁੰਚ ਗਈ ਏ ਆਤਰੀ ਚਤਰੀ ਨੂੰ ਕਿਹਾ ਜਾ ਕੇ ਭੈਣ ਜੀ ਤੋਨ ਨੂੰ ਰਾਣੀ ਰਸਕੁੰਬੜਾ ਨੇ ਬੁਲਾਇਆ ਜਿਸ ਮੋਕੇ ਇੰਨੀ ਗੱਲ ਸੁਣੀ ਸ਼ਾਇਰਾ ਕੀਤਾ ਬਣ ਕੇ ਮੈਨਾ ਬਣਾ ਕੇ ਤੋਤਾ ਉਡਾਰੀ ਮਾਰ ਗਿਆ ਕਹਿੰਦੇ ਚਲੋ ਅਸੀਂ ਆਉਨੇ ਆਂ ਬਾਦੀ ਨੇ ਹੁਣ ਸਾਰ ਦੱਸਿਆ ਕਹਿੰਦੀ ਬੀਬੀ ਉਹ ਤਾਂ ਬਣ ਕੇ ਮੈਨਾ ਤੋਤੇ ਨੂੰ ਲੈ ਗਿਆ ਉਡਾ ਕੇ ਰਾਣੀ ਰਸਕੁੰਬੜਾ ਨੂੰ ਗੁੱਸਾ ਆਇਆ ਕਰੋੜ ਦੇ ਵਿੱਚ ਹੋ ਕੇ ਜਾਦੂ ਵਾਲਾ ਸ਼ੀਸ਼ਾ ਚੱਕਿਆ ਉਨੇ ਵੇਖਿਆ ਸੀ ਇਥੇ ਤੈਂ ਵੀ ਕਿ ਕਿੱਥੇ ਜਾ ਰਹੀਆਂ ਉਹ ਕਸ਼ਮੀਰ ਨੂੰ ਹੋ ਕੇ ਸਿਮਲੇ ਜਾ ਪਹੁੰਚੀਆਂ ਰਾਣੀ ਰਸਕੁੰਬੜਾ ਗੁੱਸੇ ਦੇ ਵਿੱਚ ਆ ਕੇ ਧਾਰ ਕੇ ਬਾਜ ਦਾ ਭੇਸ ਸੋਹਣਿਆ ਚਿਹਰਾ ਦੇ ਵਿੱਚ ਉੱਥੇ ਪਹੁੰਚ ਗਈ ਐ ਪਹਿਲਾਂ ਜਿਹੜੀ ਬਾਹਰ ਬੈਠੀ ਸੀ ਉਹਦੀ ਘੰਡੀ ਮਰੋੜੀ ਏ ਫਿਰ ਜਿਹੜੀ ਅੰਦਰ ਸੀ ਉਹਦੀ ਘੰਡੀ ਮਰੋੜੀ ਏ ਲੈ ਕੇ ਤੋਤੇ ਨੂੰ ਰਾਣੀ ਨਿਹਾਲ ਦੇਵ ਕੋਲ ਆ ਗਈ ਜਦੋਂ ਤੋੜਿਆ ਗੁਰਾਂ ਦਾ ਨਾਮ ਲੈ ਕੇ ਧਾਗਾ ਰਾਜਾ ਨਰ ਸੁਲਤਾਨ ਇੱਕੋ ਜਿਹਾ ਸਰੂਪ ਦੋਇੰਦਾ ਇੱਕੋ ਜੇ ਕੱਦ ਰਾਜੇ ਨਰ ਸੁਲਤਾਨ ਦੇ ਨਾਲ ਤੇ ਗੁਰਮਖ ਪਿਆਰਿਓ ਫੇਰੇ ਹੋਏ ਐ ਲੈ ਕੇ ਫੇਰੇ ਸ਼ਹਿਰ ਗਜਨੀ ਦੇ ਵਿੱਚ ਆ ਗਏ ਉੱਥੇ ਇੱਕ ਦੂਜੇ ਨੂੰ ਪੁੱਛ ਕੇ ਸਾਰੇ ਹਕੀਕਤ ਅੱਗੇ ਨੁਚਾਲੇ ਪਾਉਂਦੇ ਇੱਕ ਬੂੰਦੀਗੜ ਸ਼ਹਿਰ ਆਇਆ ਉੱਥੇ ਜਾ ਕੇ ਨਜ਼ਦੀਕ ਬਾਗਦ ਤੰਬੂ ਲਾਏ ਕਨਾਤਾ ਸਜੀਆਂ ਨੇ ਜਿਹੜੇ ਬਾਗਮਾਨ ਸੀ ਇਹਨਾਂ ਦੀ ਨਿਗਾ ਬਹੁਤ ਦੂਰ ਜਾਂਦੀ ਏ ਉਹਨਾਂ ਨੇ ਨਿਗਾ ਕਿੱਥੇ ਪਹੁੰਚੀ ਹੈ ਰਾਣੀ ਨਿਹਾਲ ਦੇਵ ਤੇ ਬਾਦਸ਼ਾਹ ਬੁੱਧ ਸਿੰਘ ਨੂੰ ਦੱਸਦੇ ਆ ਕਹਿੰਦੇ ਬਾਦਸ਼ਾਹ ਕੀ ਦੱਸੀਏ ਇੱਕੋਸ ਰਾਣੀ ਦੀ ਸਿਫਤ ਨਹੀਂ ਕਰੀ ਜਾਂਦੀ ਐ ਲੱਗਦਾ ਹੈ ਰਾਜੇ ਮਹਾਰਾਜੇਇ ਕਿਤੇ ਨਜ਼ਰ ਰੱਖੇ ਹੈ ਜਿਵੇਂ ਹੁਸ਼ਨ ਬਾਨੋਂ ਪਰੀ ਇਹਨਾਂ ਦੇ ਕਾਬੂ ਆਈ ਵੀ ਹੁੰਦੀ ਹੈ ਇਹੋ ਜੀ ਰਾਣੀਆਂ ਭਲਾ ਬੇਹੇ ਇਹੋ ਕਹਿੰਦੇ ਆ ਜੀ ਮਾਲੀ ਨੇ ਯਾਤ ਜਨਾਇਆ ਰਾਜਾ ਇੱਕ ਬਾਗ ਚ ਆਇਆ ਥੋੜੇ ਫਲ ਬੂਟੇ ਸਾਰੇ ਰੋਕਿਆ ਜੇ ਬੋਲਣ ਖਾਰੇ ਸੁਣ ਧਿਆਨ ਲਾ ਕੇ ਦੱਤਾ ਮੈਂ ਕਹਾਣੀ ਕਰਾਂ ਕਿ ਸਪਤ ਰਾਜਨਾ ਹੁਸ਼ਨ ਬਾਨੋ ਆਏ ਉਹਨਾਂ ਦੇ ਕਰਾਂ ਕਿ ਸਪਤ ਰਾਜਨਾ ਉਹ ਸਾਰੀ ਗੱਲ ਸੁਣ ਕੇ ਆਇਆ ਭੂਪ ਵਦ ਸਿੰਘ ਪਖਾਇਆ ਕੀਮਤੀ ਬਾਲ ਪਥੇਰਾ ਮੱਲ ਲੈ ਤੂੰ ਕਹਿਣਾ ਮੇਰਾ ਆਪਾ ਲੁੱਟ ਕੇ ਖਜ਼ਾਨਾ ਪੀਣਾ ਪਾਣੀ ਕਰਾਂ ਕਿਸ ਬਤ ਰਾਜਨਾ ਹੁਸ਼ਲ ਬਾਨੋ ਹੈ ਉਹਨਾਂ ਦੀ ਇਹ ਕਰਾੜੀ ਪੈ ਕਰਾਂ ਕਿਸ ਬਤ ਰਾਜਨਾ ਸੋਹਣਿਆ ਬੁੱਧ ਸਿੰਘ ਹਵਾਲਾ ਕਹਿੰਦਾ ਕੀ ਕਰਨਾ ਟਾਲਾ ਰਾਤਾਂ ਲਬਾਜੀਰ ਬੁਲਾਇਆ ਉਸਨੂੰ ਹੁਕਮ ਲਗਾਇਆ ਕਰਾ ਰਾਣੀਆਂ ਦੀਓ ਨੂੰ ਪੋਟ ਰਾਣੇ ਕਰਾ ਕੇ ਸਫਤ ਰਾਜਨਾ ਹੁਸ਼ਨ ਬਾਨੋ ਹਾਏ ਉਹਨਾਂ ਦੀ ਇੱਕ ਰਾਣੇ ਕਰਾ ਕੇ ਸਫਤ ਰਾਜਨਾ ਹੋਏ ਰਾਜਨਾ ਲੀਤੀ ਕੈਰੀ ਮਿੱਠਾ ਨਾਲ ਮਰਦਾ ਹੋ ਬੈਰੀ ਰਾਜਨਾ ਲੀਤੀ ਕੈਰੀ ਮਿੱਠਾ ਨਾਲ ਕਰਦਾ ਵੈਰੀ ਦੱਸਾ ਇੱਕ ਗੱਲ ਮੈਂ ਛੋਟੀ ਫੌਜ ਨੂੰ ਕਰਦੇ ਰੋਟੀ ਨਾਲੇ ਰਾਣੀ ਅਟਮੈਨ ਚਬਾ ਲਾੜੀ ਕਰਾ ਕੀ ਸਵਤ ਰਾਜਨਾ ਹੁਸ਼ਨ ਬਾਨ ਉਹ ਹੁਣਾਂ ਦੀ ਇਹ ਕਾਰਾਣੀ ਕਰਾ ਕੀ ਸਵਤ ਰਾਜਨਾ ਸਭ ਨੇ ਜਦ ਭੋਜਨ ਖਾਣਾ ਆਪਣੇ ਰਾਸਤੇ ਤੁਰ ਜਾਣਾ ਇਕੱਠੇ ਕਰ ਬਾਹਰ ਲਖਾ ਦੋ ਗੇਟ ਦਾ ਜਿੰਦਰਾ ਲਾ ਦੋ ਫਿਰ ਥਾਰੀ ਉਹ ਸੁਲਝ ਜਾਊ ਤਾਲੀ ਕਰਾਂ ਕਿ ਸਿਫਤ ਰਾਜਨਾ ਹੁਸ਼ਨ ਬਾਨੋ ਖੈ ਉਹਨਾਂ ਦੀ ਕ ਰਾਣੀ ਕਰਾਂ ਕਿ ਸਿਫਤ ਰਾਜਨਾ ਓਏ ਜਦੋਂ ਓਏ ਵਰਤਿਆ ਪਾਣਾ ਫੂਪ ਦਾ ਛੁੱਟ ਗਿਆ ਖਾਣਾ ਤੇ ਕੀ ਹੋ ਗਈ ਅਣ ਹੋਈ ਚੱਲਦਾ ਲਈ ਚਾਰਾ ਕੋਈ ਢਾਕਾ ਮਾਰ ਕੇ ਛਕਾ ਕੇ ਅਨ ਪਾਣੀ ਮੈਂ ਕਰਾਂ ਕਿ ਸੇਵਤ ਰਾਜਨਾ ਹੁਸਨ ਬਾਨੂ ਹੈ ਜੁਨਾ ਦੀ ਏ ਕਾਰਾਣੀ ਮੈਂ ਕਰਾਂ ਕਿ ਸੇਵਤ ਰਾਜਨਾ ਨਾਰਸਨ ਸੁਲਤਾਨ ਕਹਿੰਦਾ ਹੋ ਹੋ नार सल्ताने विच कुझ नी रहंदा लै जा चिठी फड़े लू आपे पड़के, जाके चोर घड़ी जानी लो फां की सिफत राजना ਹੁਸ਼ਨ ਬਾਨੂ ਆਇਓ ਨਾਂ ਦੇੇ ਕਰਾਣੇ ਕਰਾਂ ਕਿਥੇ ਪਤ ਰਾਜਨਾ ਓਏ ਮੁਖੜੇ ਤੋਂ ਉਡ ਗਈ ਆਬੀ ਲੈ ਕੇ ਖਤ ਜਾਈ ਸਤਾਬੀ ਪੁੱਛ ਲਈ ਹੈ ਚੋਰ ਮਹਾਲੀ ਮਿਲ ਗਿਆ ਤਲਵਾਰੇ ਜਾਨੀ ਤੇਰੇ ਨਾਲ ਲੱਗੀ ਦੋਸਤੀ ਪਰਾਣੇ ਕਰਾਂ ਕਿਥੇ ਪਤ ਰਾਜਨਾ ਹੁਸ਼ਨ ਬਾਨੂ ਆਇਓ ਨਾਂ ਦੇੇ ਕਰਾਣੇ ਕਰਾ ਕੀ ਫਤ ਰਾਜਨਾ ਸੁਣ ਕੇ ਸਿਵਤ ਰਹਿ ਨਾ ਹੋਇਆ ਬਾਦਸ਼ਾਹ ਤੇ ਰਤਨ ਵਜ਼ੀਰ ਬੁਲਾਇਆ ਅਕਲਾਂ ਦਾ ਕੋਟ ਕਹਿੰਦਾ ਇਹ ਜਿਹੜੀ ਤੰਬੂ ਲਈ ਬੈਠੀ ਹੈ ਇਹਨਾਂ ਦੇ ਇੱਕ ਰਾਣੀ ਦੱਸਦੇ ਐ ਵੀ ਹੁਸ਼ਨ ਬਨੋ ਪਰੀ ਏ ਉਹਨਾਂ ਦਾ ਉਹ ਕਿਹੜੇ ਢੰਗ ਨਾਲ ਆਪਾਂ ਉਹਨੂੰ ਲੈ ਕੇ ਆਈਏ ਕਹਿੰਦਾ ਬਾਦਸ਼ਾਹ ਇਹ ਨਹੀਂ ਸਰਾਚਾਰ ਤਿੰਨ ਯਾਗਣਸਾਰ ਸੋਚਣਸਾਰ ਬੈਰੀ ਨੂੰ ਮਿੱਠਾ ਬੋਲਣਾ ਸਾਰ ਇਹਨਾਂ ਨੂੰ ਸਾਰਿਆਂ ਨੂੰ ਰੋਟੀ ਕਰ ਦੋ ਕਿ ਨਾ ਫਿਰ ਐਂ ਕਹੇ ਨਾ ਨੂੰ ਰੋਟੀ ਨੂੰ ਲਾ ਦੇ ਹੁਕਮ ਖਾਣਾ ਲਾਂਗਰੀ ਤਿਆਰ ਬਣਾਉਣਗੀ ਜਿਹੜੀਆਂ ਰਾਣੀਆਂ ਨੇ ਉਹਨਾਂ ਨੂੰ ਮਹਿਲਾਂ ਚ ਪਹਚਾ ਦੋ ਇੱਕ ਨੂੰ ਉਰਲੇ ਮਹਿਲ ਚ ਇੱਕ ਨੂੰ ਪਹਿਲੇ ਮਹਿਲ ਚ ਜਿਹੜੀ ਹੋਸ਼ਲਮਾਨੂਆ ਉਹਨੂੰ ਪਹਿਲੇ ਮਹਿਲ ਚ ਪਹਚਾ ਦੋ ਰਾਣੀਆਂ ਵੀ ਉਹਨਾਂ ਦੀ ਦੋ ਅਲੱਗ-ਅਲੱਗ ਕਰ ਦੋ ਰੋਟੀ ਤਿਆਰ ਹੋ ਗਈ ਭੋਜਨ ਸ਼ਕਲ ਛਕਾਉਣ ਲੱਗੇ ਭੋਜਨ ਸ਼ਕ ਦੇ ਜਿਹੜੀ ਫੌਜ ਫਰ ਲੱਸੀ ਉਹ ਤਾਂ ਨਿਕਲ ਗਈ ਬਾਹਰ ਰਾਣੀ ਰਸਕੁੰਬਣਾ ਸੀ ਜਿਹੜੀ ਉਹ ਵੀ ਭੋਜਨ ਸ਼ਕ ਦੇ ਬਾਹਰ ਕੱਢ ਦਿੱਤੀ ਜਦੋਂ ਬਾਹਰ ਕਰ ਦਿੱਤੀ ਮਗਰੋਂ ਗੇੜ ਦਾ ਜਿੰਦਰਾ ਲਾਤਾ ਗੇੜ ਦਾ ਜਿੰਦਰਾ ਲਾਇਆ ਹੋਇਆ ਹੁਣ ਕਹਿੰਦੇ ਆ ਵੀ ਸਾਡੀ ਰਾਣੀ ਹੋਰ ਐ ਇੱਥੇ ਉਹ ਕਹਿੰਦੇ ਨਹੀਂ ਹੋਰ ਨਹੀਂ ਹੈ ਐਵੇਂ ਇਲਜ਼ਾਮ ਨਾ ਲਾਓ ਤੁਹਾਨੂੰ ਪ੍ਰਸ਼ਾਦਾ ਛਕਾਇਆ ਹੈ ਤਨ ਦੂਸ਼ਣ ਨਾ ਧਰੋ ਹੁਣ ਸੋਚਦਾ ਸੁਲਤਾਨ ਵੀ ਇਹ ਤਾਂ ਮੇਨਾ ਕਸੱਟ ਹੋ ਗਈ ਇੱਕ ਆਪਣੇ ਭਰਾ ਨੂੰ ਛੋਟੇ ਨੂੰ ਜਾਨੀ ਨੂੰ ਲਿਖਦੇ ਚਿੱਠੀ ਬਾਂਕਾ ਸਿੰਘ ਜਰਨਲ ਨੂੰ ਬੁਲਾਇਆ ਨੌਜਵਾਨ ਹੋਰ ਭੇਜੀਏ ਨਾਲ ਇੱਕ ਦਰਦਾਂ ਭਰੀ ਕਹਾਣੀ ਦੀ ਚਿੱਠੀ ਲਿਖ ਕੇ ਪਾਉਂਦਾ ਜਾਨੀ ਨੂੰ ਤੇ ਲੈ ਕੇ ਜਾਂਦਾ ਜਰਨਲ ਅੱਗੇ ਕਿਸੇ ਸ਼ਾਹੂਕਾਰ ਦਾ ਜਹਾਜ਼ ਆਉਣਾ ਸੀ ਲਿਖ ਕੇ ਲਾਇਆ ਵੀ ਤੇਰਾ ਜਹਾਜ਼ ਲੁੱਟੂਗਾ ਮੈਂ ਜਿਹੜਾ ਜੋਰ ਹੈ ਤੇਰੇ ਚ ਲਾ ਲੈ ਜਾਨੀ ਧੋਖਾ ਨਹੀਂ ਸੀ ਕਰਦਾ ਕਦੇ ਤੇ ਗੁਰਮਖ ਪਿਆਰੇ ਉਸ ਜਹਾਜ਼ ਦੀ ਝਾਕ ਤੇ ਬੈਠਾ ਇਧਰ ਘੋੜਿਆਂ ਦੇ ਸਵਾਰ ਪਹੁੰਚ ਗਏ ਜਾਨੀ ਕਹਿੰਨੇ ਕਹਿੰਨੇ ਘੋੜਿਆਂ ਵਾਲੇ ਆਪ ਮਹਾਰੇ ਫਿਰਦੇ ਐ ਇਹਨਾਂ ਨੂੰ ਪੁੱਛੋ ਵੀ ਤੁਹਾਨੂੰ ਜਾਨੀ ਦਾ ਭੈ ਨਹੀਂ ਉਹਨੇ ਆਵਾਜ਼ ਮਾਰ ਕੇ ਕਿਹਾ ਤੁਹਾਨੂੰ ਜਾਨੀ ਦਾ ਭੈ ਨਹੀਂ ਆਪ ਹਮਾਰੇ ਕਿੱਦਾਂ ਫਿਰਦੇ ਹੋ ਤੁਸੀਂ ਉਹ ਕਹਿੰਨੇ ਮਿਲਣੇ ਹੀ ਜਾਨੀ ਨੂੰ ਐ ਜਿਸ ਮੌਕੇ ਇੰਨੀ ਗੱਲ ਕਹੀ ਵੀ ਮਿਲ ਨਹੀਂ ਜਾਣੀ ਨੂੰ ਹੱਸ ਪਿਆ ਜਾਨੀ ਕਹਿੰਦੇ ਜਾਣਦੇ ਹੋ ਕਹਿੰਦੇ ਜਾਣਦੇ ਤਾਂ ਨਹੀਂ ਹਾਂ ਕਹਿੰਦੇ ਮੈਂ ਐ ਆ ਜਾਨੀ ਕਹਿੰਦਾ ਫਿਰ ਆ ਤੇਰੇ ਵੀਰ ਦੀ ਚਿੱਠੀ ਏ ਜਦੋਂ ਚਿੱਠੀ ਦਾ ਪੜਿਆ ਹਵਾਲਾ ਜਰਨਲ ਨੂੰ ਕਹਿੰਨੇ ਕਹਿੰਦੇ ਵੀ ਮੈਨੂੰ ਚਿੱਠੀ ਲੈ ਕੇ ਚੱਲ ਮੇਰੇ ਵੀਰ ਕੋਲ ਮੈਂ ਇੱਥੇ ਬੈਠਾ ਹੋਵਾਂ ਮੀਰ ਬਿਫਤਾ ਦੇ ਵਿੱਚ ਲੱਖ ਲਾਨਤ ਹੈ ਹੁਣ ਤੇ ਇੱਕ ਆਪਣੇ ਨਾ ਸੁਲਤਾਨ ਦੇ ਕੋਲੇ ਆ ਕੇ ਦੋਵੇਂ ਭਰਾ ਪਹਿਲਾਂ ਤਾਂ ਮਿਲਦੇ ਜੱਫੀ ਪਾ ਕੇ ਇੱਕ ਦਰਦਾਂ ਭਰੀ ਕਹਾਣੀ ਛੋਟੇ ਵੀਰ ਨੂੰ ਰਾਜਾ ਨਰ ਸੁਲਤਾਨ ਹੈ ਇਉਂ ਕਹਿੰਦਾ ਜੀ पड़के खत करी तयारी घोड़े जी करे सवारी ज मारो मारी भाई कोले आया जी कशाहे सारे बारान तेतो सुलतान प्यारे बारे मजान तेतो सुलतान प्यारे ललतान बोले रो रोके पढ़े फोले ਜੇ ਕਰ ਦੇ ਹੋਗੇ ਕੋਲੇ ਧੋਖੇ ਨਾਲ ਰੱਖ ਲਈਏ ਮਹਿਲ ਵਿੱਚ ਰਾਣੀ ਮੇਰੀ ਤਾਂ ਹੀ ਅੱਜ ਲੋੜ ਇੱਥੇ ਪੈ ਗਈ ਜਾਲੀ ਵੀਰਾ ਤੇਰੀ ਤਾਂ ਹੀ ਅੱਜ ਲੋੜ ਇੱਥੇ ਪੈ ਗਈ ਜਾਲੀ ਵੀਰਾ ਤੇਰੀ ਜਾਨੀ ਨੇ ਆਖ ਸੁਣਾਇਆ ਵੀਰਾ ਤੂੰ ਕਿਉਂ ਕਬਰਾਇਆ ਦੇਖੀ ਜਦ ਹੱਥ ਦਿਖਾਇਆ ਹੱਥ ਮੇਰੇ ਬੁੱਧ ਸਿੰਘ ਦੇਖ ਲੈ ਜਦੋਂ ਕਰਾਰੇ ਬਾਹਰ ਦੇ ਆ ਜਾਣ ਤੇਰੇ ਉਤੋ ਸੁਲਤਾਨ ਪਿਆਰੇ ਬਾਹਰ ਦੇ ਮਾ ਜਾਣ ਤੇਰੇ ਉਤੋ ਸੁਲਤਾਨ ਪਿਆਰੇ ਹੋ ਜਨੂ ਕੀਤੀ ਰੋਟੀ ਆ ਸਾਹ ਸਿਰ ਮੱਥੇ ਯੋਟੀ ਅੰਦਰੋਂ ਸੀ ਨੀਤੀ ਖੋਟੀ ਮੁਰਸ਼ੀ ਮਸ਼ੱਦੀ ਹੋਵੇ ਕਰ ਕੇ ਨਈਰਾ ਫੇਰੀ ਤਾਹਿਆਂ ਜਲੋੜ ਇਥੇ ਪੈ ਗਈ ਜਾਨ ਵੀਰਾ ਤੇਰੀ ਤਾਹਿਆਂ ਜਲੋੜ ਇਥੇ ਪੈ ਗਈ ਜਾਨ ਵੀਰਾ ਤੇਰੀ ਪਗੜੀ ਦਾ ਪਰਨ ਪਗਾ ਮਾ छीन लीला चाहे कोई बना ली देर झट दे तारे मजान ते ओतो सलतान प्यारे बारे मजान ते सलतान प्यारे सगत लॻाए पेर गेटा ते फौजी ठहरे तव्हां न पाणी गेरे ਮੇਲੇ ਆ ਨਿਰਾਸਤਾ ਹੈ ਲੱਬਿਆ ਬਹੁਤ ਬੇਰੀ ਤਾਹਿਆ ਜਲੋੜ ਇਥੇ ਪੈ ਗਈ ਜਾਨੀ ਵੀਰਾ ਤੇਰੀ ਤਾਹਿਆ ਜਲੋੜ ਇਥੇ ਪੈ ਗਈ ਜਾਨੀ ਵੀਰਾ ਤੇਰੀ ਕਿਸ ਤੇ ਯਾਰ ਕਰ ਲਈ ਜਾਨ ਹੋ ਥੇਲੀ ਧਰ ਲਈ ਕੂਲੀ ਇੱਕ ਜਲ ਦੀ ਪਰ ਲਈ ਚੱਕ ਕੇ ਹਯੋਟ ਤੁੜਾ ਪਾਣੀ ਵਿੱਚ ਆਪ ਤਾਰੇ ਬਾਹਰ ਦੇ ਮਜਾਨ ਤੇਰੇ ਉਤੋ ਸੁਲਤਾਨ ਪਿਆਰੇ ਬਾਹਰ ਦੇ ਮਜਾਨ ਤੇਰੇ ਉਤੋ ਸੁਲਤਾਨ ਪਿਆਰੇ ਉਹ ਭਗਵਾ ਹੈ ਫੇਸ ਬਣਾਇਆ ਚੱਲ ਕੇ ਸੀ ਉਥੇ ਆਇਆ ਉਹ ਭਗਵਾ ਹੈ ਫੇਸ ਬਣਾਇਆ ਚੱਲ ਕੇ ਸੀ ਉਥੇ ਆਇਆ ਵੱਡਾ ਹੈ ਚੋਲਾ ਪਾਇਆ ਚਾਲ ਕੇ ਪ ਸ਼ਹਿਰ ਦਾ ਪਾਣੀ ਦਾਲਾ ਬਾਰੇ ਹੁੰਦਾ ਆ ਕੇ ਢੇਰੀ ਤਾਹੀਆ ਜਲੋੜ ਇਥੇ ਪੈ ਗਈ ਜਾਨੀ ਵੀਰਾ ਤੇਰੀ ਤਾਹੀਆ ਜਲੋੜ ਇਥੇ ਪੈ ਗਈ ਜਾਨੀ ਵੀਰਾ ਤੇਰੀ ਇਸ ਸ਼ਹਿਰ ਨੂੰ ਰਸਤਾ ਨਹੀਂ ਕਿਤੋਂ ਦੀ ਵੀਰ 16 ਫੁੱਟ ਆਲੇ-ਦਾਲੇ ਖਾਈ ਹੈ ਜਿੱਥੇ ਸ਼ਹਿਰ ਦਾ ਗੰਦਾ ਪਾਣੀ ਡਿੱਗਦਾ ਚਾਰ ਗੇਟ ਨੇ ਚਾਰੇ ਗੇਟਾਂ ਤੇ ਪਹਿਰਾ ਸਖਤ ਲੱਗਿਆ ਹੋਇਆ ਹੈ ਵੀ ਇੱਥੇ ਆਪਾਂ ਅੰਦਰ ਨਹੀਂ ਜਾ ਸਕਦੇ ਦਿਨ ਦਾ ਵੀਰ ਨੂੰ ਤਲਾਸ਼ਾ ਕਹਿੰਦਾ ਕਰਦੀ ਤਾਂ ਕੁਦਰਤ ਹੈ ਪਰ ਤੂੰ ਪਰਵਾਹ ਨਾ ਮਨ ਮੈਂ ਰਾਣੀ ਨੂੰ ਨਿਸ਼ਚਿਤ ਦੂੰਗਾ ਪਰ ਗੁਰਮਖ ਪਿਆਰੇ ਤਿੱਤਾ ਤਲਾਸ਼ਾ ਗੱਲਾਂ ਬਾਤਾਂ ਕਰਦਿਆਂ ਨੂੰ 10:00 ਵਜੇ ਗਏ ਆਹ ਸ਼ਕਤੀ ਨੂੰ ਕੀਤਾ ਯਾਦ ਜਿਨ੍ਹਾਂ ਦੀ ਪਾਵਰਾਂ ਦੇ ਨਾਲ ਜਾਨੀ ਕੰਮ ਕਰਦਾ ਸੀ ਆ ਪਹੁੰਚੇ ਨਾਰਦਾਨੇ ਚੌਕ ਦੇ ਕੋਲੇ ਪਹਿਲਾਂ ਤਸਰੀਏ ਕੱਟੇ ਏ ਪਾ ਕੇ ਵੱਡਾ ਚੋਲਾ ਸੰਤਾਂ ਵਾਲਾ ਕਰਕੇ ਭੇਸ਼ ਉਸ ਭਗਵਾਨ ਦਾ ਲੱਗਿਆ ਨਾਂ ਲੈਣ ਚੌਕ ਚੌਕ ਦੇ ਵਿੱਚ ਚਲੇ ਆ ਗਿਆਂ ਉੱਥੇ ਲਾ ਕੇ ਪਾਠੀਆਂ ਦਾ ਧੂਣਾ ਉੱਥੇ ਰਾਮ ਦੇ ਨਾਲ ਬੈਠਾ ਜਿਹੜੇ 10 ਵਜੇ ਲੰਗੇ ਸੀ ਉਸ ਗੇੜ ਤੇ ਚੌਕ ਦੇ ਵਿੱਚ ਦੀ ਕਹਿੰਦੇ ਇਹ ਮਹਾਤਮਾ ਕਿੱਥੋਂ ਆ ਗਿਆ ਇਹ ਰਾਤ 10 ਵਜੇ ਲੰਘੇ ਆਪਾਂ ਇਹ 10 ਵਜੇ ਹੈ ਨਹੀਂ ਸੀ ਵੀ ਦੇਖੋ ਵੀ ਕਿਹੜੇ ਗੇਟ ਤੇ ਕੀ ਆਇਆ ਹੈ ਗੀਤਾ ਤੇ ਪਤਾ ਕਰਿਆ ਕਿ ਨਿਉਰੀ ਦੀ ਮਹਾਤਮਾ ਹੀ ਨਹੀਂ ਕੋਈ ਆਇਆ ਚਾਰੇ ਗੀਟਾਂ ਤੇ ਪੁੱਛਿਆ ਗਿਆ ਵੀ ਇਹ ਮਹਾਤਮਾ ਆਇਆ ਕਿੱਥੋਂ ਆਏ ਉੱਥੇ ਦੁਨੀਆ ਸਭਤਾ ਕਰਦੀ ਹੈ ਰੂਪ ਰੱਬ ਦਾ ਇਹ ਸਾਧੂ ਹੀ ਆਇਆ ਬੰਦੇ ਕਹਿਣ ਸਰਕਾਰ ਦੇ ਤੇ ਰਾਮੇਸ਼ ਡਢਿਹੜਾ ਦਲਵਾਰਾ ਸਿੰਘ ਜੀ ਛੇਵਾਲ ਦੇਵ ਸਿੰਘ ਦੇ ਸਾਥੀ ਹੈ ਐਉਂ ਬਿਆਨ ਕਰਦੇ ਆ ਜੀ ਢੇਰਾ ਬੈ ਗਿਆ ਚੌਂਕ ਵਿੱਚ ਲਾ ਕੇ ਮਾਲਾ ਫੇਰੇ ਉਹਦੇ ਨਾਮ ਦੀ ਲੋਕ ਬੈਠ ਜਾਂਦੇ ਦਰਸ਼ਨ પા ਕੇ ਕਰੀਨਾ ਸਫਤ ਜਾਮ ਦੀ ਓਏ ਬਾਬਾ ਉਤਰਿਆ ਅਕਾਸ਼ ਆਇਆ ਘੇਟ ਤੇ ਅੜੇ ਬਜਾਰ ਦੇ ਰੂਪ ਰੱਬ ਦਾ ਸਾਧੂ ਪਰਮਾਇਆ ਫੌਜੀ ਕਹਿਣ ਸਰਕਾਰ ਦੇ ਜਿਹੜਾ ਪੁੱਛਦਾ ਸਮਝਿਆ ਕਰਦੀ ਦੱਸ ਦਿੰਦਾ ਸਾਰੀ ਖੋਲ ਕੇ ਬੜਾ ਸਾਖਤ ਹੈ ਖੇ ਲੋਕਤ ਡਰਦੇ ਘੁਰ ਦੇਵੇ ਕੌੜਾ ਬੋਲ ਕੇ ਉਹ ਸੱਚੀ ਦੱਸਦਾ ਨ ਮਰ ਤਾ ਚ ਆਇਆ ਚੰਗੇ ਬਾੜੇ ਕਾਰਬਾਰ ਦੇ ਰੂਪ ਰੱਬ ਦਾ ਸਾਧੂ ਪਰਮਾਇਆ ਬੰਦੇ ਕਹਿਣ ਸਰਕਾਰ ਦੇ ਰਾਜਾ ਥਾਲ ਚ ਸਮਾਨ ਪਾ ਕੇ ਸਾਰਾ ਅੱਗੇ ਲਾ ਕੇ ਪੇਟਾ ਰੱਖਦਾ ਹੱਥ ਜੋੜ ਕੇ ਸੁਣਾਉਂਦਾ ਹੈ ਬਚਾਰਾ ਕਰੂੰਗਾ ਭੰਡਾਰਾ ਲੱਖ ਦਾ ਓ ਤੋਖੇ ਨਾਲ ਬਾਬਾ ਰਾਣੀ ਮੈਂ ਲੈ ਆਇਆ ਉਸ ਤੇ ਮੰਤਾਰਾ ਬਾਹਰ ਦੇ ਰੂਪ ਰੱਬ ਦਾ ਹੈ ਸਾਧੂ ਪਰਮਾਇਆ ਓ ਫੌਜੀ ਕਹਿਣ ਸਰਕਾਰ ਦੇ ਉਹ ਜਾਨੀ ਉਂਗਲਾਂ ਤੇ ਰਾਜੇ ਨੂੰ ਨਚਾਵੇ ਯਾਨੀ ਉਂਗਲਾਂ ਤੇ ਰਾਜੇ ਨੂੰ ਨਚਾਵੇ ਟੇਡੀਆਂ ਤੋਂ ਸਿੱਧੀਆਂ ਕਰੇ ਪੂਰੀ ਕਰਾਮਾਤ ਆਪਣੀ ਦਿਖਾਵੇ ਸੰਤਾ ਕੋਲ ਬਾਦਸ਼ਾਹ ਡਰੇ ਓ ਬੁੱਧ ਸਿੰਘ ਤਾਂ ਹੀ ਸਾਰਾ ਸਮਝਾਇਆ ਰਹਿਣਾ ਮੇਰੀ ਵਿਚਕਾਰ ਦੇ ਰੂਪ ਰੱਬ ਦਾ ਸਾਧੂ ਫਰਮਾਇਆ ਬੰਦੇ ਕਹਿਣ ਸਰਕਾਰ ਦੇੁੰਡੇ 12 ਦੇ ਪਹਿਣੇ ਨੇ ਖੜ ਕੋਣੇ ਕੋਰਥ 48 ਪੈਰ ਦਾ ਫੇਰੇ ਮੇਰੇ ਅਖ ਤਿਆਰ ਨੇ ਕਰੋਣੇ ਸੋਨਾ ਜਾਵੇ ਬੰਦਾ ਸ਼ਹਿਰ ਦਾ ਉਹ ਸਾਰੇ ਹੋ ਕੇ ਰਾਬਜ਼ਾਰ ਚਲਗਾਇਆ ਹੁਕਮ ਸਗਤ ਲਾ ਅਰਦੇ ਰੂਪ ਰੱਬ ਦਾ ਸਾਧੂ ਪਰਮਾਇਆ ਫੌਜੀ ਕਹਿਣ ਸਰਕਾਰ ਦੇ ਬੜੇ ਬੜੇ ਟਾਹੇ ਨੀਂਦ ਨੇ ਕਰਾਣੇ ਦੇਵੇ ਸਾਧ ਘੜੀ ਪਹਿਨਣਾ ਸ਼ਹਿਰ ਵਾਸੀਆਂ ਨੂੰ ਕਾਰਦਾਸਿਆਂ ਐਵੇਂ ਲੰਘ ਜਾਵੇ ਰਹਿਣ ਨਾ ਓਏ ਬੜਾ ਔਖਾ ਮਹਾਰਾਜ ਮਨਾਇਆ ਮਿੰਤ ਘਰੀ ਖੂਚ ਡਾਰ ਦੇ ਰੂਪ ਰੱਬ ਦਾ ਹੈ ਸਾਧੂ ਪਰਮਾਇਆ ਫੌਜੀ ਕਹਿਣ ਸਰਕਾਰ ਦੇ ਜਾਨੇ ਉੱਠ ਕੇ ਹੈ ਮਹਿਲਾ ਨੂੰ ਸਦਾਵੇ ਬਾਦਸ਼ਾਹ ਨੂੰ ਚੜੀ ਨੇਸਤੀ ਜਾ ਕੇ ਰਾਣੀ ਨੂੰ ਆਵਾਜ਼ ਲਗਾਵੇ ਬਦਲ ਆ ਦੇਖੇ ਪੇ ਸਤੀ ਪਈ ਗਏ ਭਾਈ ਕੇ ਸਾਰਾ ਕੁਝ ਰਾਣੀ ਨੂੰ ਪੜਾਇਆ ਜਾਨੀ ਚੋਰ ਨਾਮ ਜਾਰ ਦੇ ਰੂਪ ਰੱਬ ਦਾ ਸਾਧੂ ਪਰਵਾਇਆ ਬੰਦੇ ਕਹਿਣ ਸਰਕਾਰ ਦੇ ਆਕੇ ਟਟ ਪਟ ਰਾਜੇ ਨੂੰ ਐ ਤਾੜਦਾ ਰਹਿ ਗਿਆ ਅਧੂਰਾ ਕਾਜ ਜੀ ਤਾਹਾਂ ਚੱਕ ਦਲਬਾਰੇ ਅੱਗ ਚਾੜਦਾ ਸਾਧੂ ਹੋ ਗਿਆ ਨਰਾਜ ਜੀ ਉਹ ਬੇਅੰਤ ਜਦੋਂ ਐ ਜਾਲੀ ਗਾਇਆ ਦੰਗਲਾ ਚ ਫੁੱਲ ਵਾਰਦੇ ਰੂਪ ਰੱਬ ਦਾ ਐ ਸਾਧੂ ਪਰਮਾਇਆ ਮੰਦੇ ਕਹਿਣ ਸਰਕਾਰ ਦੇ ਬਾਦਸ਼ਾਹ ਕਈ ਡਾਲੀਆਂ ਲੈ ਕੇ ਆਏ ਕਿੰਨਾ ਸੱਚੇ ਪਾਦਸ਼ਾਹ ਫਲ ਛਕੋ ਤੇ ਮਠਿਆਈ ਛਕੋ ਉਹ ਕਹਿੰਦਾ ਬਾਦਸ਼ਾਹ ਕਾਸ ਦੀ ਲੋੜ ਨਹੀਂ ਤੂੰ ਦੱਸ ਵੀ ਬਾਦਸ਼ਾਹਾਂ ਦਾ ਸੰਤਾਂ ਤੱਕ ਕੀ ਕਾਰਨ ਹੈ ਤੂੰ ਕਿਉਂ ਆਇਆ ਉਹ ਕਹਿੰਦਾ ਮਹਾਤਮਾ ਜੀ ਮੈਂ ਇੱਕ ਰਾਣੀ ਧੋਖੇ ਦੇ ਨਾਲ ਲੈ ਕੇ ਆਇਆ ਮੇਰਨਾਂ ਸ਼ਾਦੀ ਨਹੀਂ ਕਰਵਾਉਣਾ ਮੰਦੀ ਉਹਦੇ ਤੇ ਮੰਤਰ ਮਾਰਦੇ ਜਿਸ ਮੌਕੇ ਇੰਨੀ ਗੱਲ ਕਹੀ ਪਹਿਲਾਂ ਤਾਂ ਬਾਬਾ ਬੋਲਿਆ ਕੌੜਾ ਫਿਰ ਕਹਿੰਦਾ ਠੀਕ ਐ ਫੇਰੇ ਮੇਰੇ ਇਖਤਿਆਰ ਨੇ ਕਰਾਉਣੇ ਪਹਿਲਾਂ ਤਾਂ ਐਂ ਦੱਸ ਵੀ ਰਾਣੀ ਹੈ ਕਿੱਥੀ ਜਿਹਦੇ ਨਾਲ ਵਿਆਹ ਕਰਵਾਉਣੇ ਉਹ ਕਹਿੰਦਾ ਚਲੋ ਮੈਂ ਤੁਹਾਨੂੰ ਦਿਖਾ ਦਿੰਨਾ ਕਹਿੰਦਾ ਦਿਖਾਣਾ ਨਹੀਂ ਤੂੰ ਮੈਨੂੰ ਮਹਿਲ ਦੱਸ ਦੀ ਮੈਂ ਰਾਣੀ ਨਹੀਂ ਦੇਖਣੀ ਮੈਂ ਆਪਣੇ ਇਲਮ ਦੇ ਨਾਲ ਉਹਨੂੰ ਨਰਮਾਈ ਚ ਕਰੂੰਗਾ ਉਹ ਕਹਿੰਦਾ ਜੀ ਠੀਕ ਐ ਪਹਿਲੇ ਤਾਂ ਰਾਣੀ ਦੇ ਮਹਿਲ ਦੇਖ ਕੇ ਆਇਆ ਬਾਦਸ਼ਾਹ ਦੇ ਨਾਲ ਜਾ ਕੇ ਫਿਰ ਕਹਿੰਦਾ ਬਾਦਸ਼ਾਹ 48 ਪਹਿਰ ਦਾ ਕੋਰਸ ਹੈ ਫਿਰ ਮੇਰੇ ਇਖਤਿਆਰ ਨਿਕਰਾਉਣੇ ਇੱਕ ਗੱਲ ਹੈ ਸਾਰੇ ਸ਼ਹਿਰ ਦੇ ਕੁੰਡੇ ਖੜਕਾਉਣੇ ਪੈਣੇ ਆ ਤਾਂ ਇਹ ਦੋ ਕੁੰਡੇ ਲਿਆ ਕੇ ਰੱਖਣੇ ਮੇਰੇ ਕੋਲ ਇਹ ਤਾਂ ਖੜਕਾਉਣੇ ਆ ਪਰ ਜੇ ਵਿਚਾਲੇ ਨੱਕ ਤੇ ਦੇਖੀ ਸੌਂ ਜੇ ਫਿਰ ਮੇਰੇ ਵੱਸ ਦਾ ਰੋਗ ਨਹੀਂ ਹੈ ਕਰ ਦਿੱਤਾ ਚਾਲੂ ਕੰਮ ਬਾਰਸ਼ਾ ਕੁੰਡੇ ਖੜਕਾਉਂਦੇ ਸਾਰੇ ਸ਼ਹਿਰ ਦੇ ਵਿੱਚ ਹੋਕਾ ਫਰਿਆ ਦਿੱਤਾ ਸਾਰੇ ਸ਼ਹਿਰ ਦੇ ਵਿੱਚ ਕੁੰਡੇ ਖੜਕਦੇ ਐ ਪਹਿਲੀ ਰਾਤ ਲੰਗੀ ਦੂਜੀ ਰਾਤ ਆ ਗਈ ਜਦੋਂ ਵਜੇ ਰਾਤ ਦੇ 11 ਬਾਰਸ਼ਾ ਇੱਕ ਪਾਸੇ ਨੂੰ ਟੇਡਾ ਹੋ ਗਿਆ ਜਾਨੀ ਉੱਠੀ ਜਾ ਕੇ ਰਾਣੀ ਨੇ ਨਾ ਕੀਤੀ ਇਹ ਗੱਲ ਰਾਣੀ ਮੇਰੇ ਵੀਰ ਨੇ ਦੱਸਿਆ ਹੋਊਗਾ ਨਾ ਸੁਲਤਾਨ ਨੇ ਤੈਨੂੰ ਵੀ ਮੇਰਾ ਭਰਾ ਹੈ ਪਗਵਟ ਦੋਸਤ ਜਾਨੀ ਕਹਿੰਦਾ ਫੇਮ ਮੈਨੂੰ ਲੈਣ ਬਾਸਤੀ ਆਏ ਆ ਕਹਿੰਦਾ ਇੱਕ ਗੱਲ ਐ ਜਦੋਂ ਬਾਦਸ਼ਾਹ ਆਊਗਾ ਮੈਂ ਭੇਜੂੰ ਇੱਕ ਹੱਸ ਕੇ ਪਾਣੀ ਦਾ ਗਲਾਸ ਪੜਾ ਦਿਉ ਆਦੀ ਜੀ ਠੀਕ ਐ ਕਰਕੇ ਦੋ ਗੱਲਾਂ ਜਦੋਂ ਆਇਆ ਮਹਾਤਮਾ ਬਾਦਸ਼ਾਹ ਸੁੱਤਾ ਪਈ ਲੱਗਿਆ ਚੋਰੜੇ ਤੇ ਚੋਰੜੇ ਮਾਰਨ ਅੱਗ ਨੂੰ ਲੱਗਿਆ ਪ੍ਰਹਾਚਾਰਨ ਬਾਦਸ਼ਾਹ ਨੂੰ ਜਾਗ ਆ ਗਈ ਜਦ ਰੰਗਿਆ ਦੇਖਦੇ ਉੱਪਰੋਂ ਕਹਿੰਦਾ ਮਹਾਤਮਾ ਤਾਂ ਕਰਾਮਾਤ ਵਾਲੀ ਨਹੀਂ ਪਰ ਤੇਰੀ ਕਿਸਮਤ ਮਾੜੀ ਤੂੰ ਸੌ ਗਿਆ ਬਸ ਬਾਬਾ ਗੁੱਸੇ ਹੋ ਗਿਆ ਹੱਥ ਬੰਨੀ ਖੜੇ ਕਹਿੰਦੇ ਬਾਬਾ ਜੀ ਮੇਰੀ ਗਲਤੀ ਕਰੋ ਮਾਫ ਦੁਬਾਰਾ ਸ਼ੁਰੂ ਕਰਾਂਗੇ ਕਹਿੰਦੇ ਨਹੀਂ ਦੁਬਾਰਾ ਨਹੀਂ ਸ਼ੁਰੂ ਹੋਣਾ ਐਂ ਕਰ ਪਹਿਲਾਂ ਤੂੰ ਜਾ ਕੇ ਆਪਣੇ ਮਹਿਲਾਂ ਚ ਜਾ ਕੇ ਆ ਵੀ ਕੁਛ ਨਰਮਾਈ ਹੋਈ ਰਾਣੀ ਨੂੰ ਜਦੋਂ ਪਹੁੰਚਿਆ ਨਾ ਮਹਿਲਾਂ ਚ ਰਾਣੀ ਹੱਸ ਕੇ ਕਹਿੰਦੀ ਕਹਿੰਦੀ ਬਾਦਸ਼ਾਹ ਜਲ ਸ਼ਕਿੰਗੇ ਬਾਦਸ਼ਾਹ ਸੋਚਦੇ ਵੀ ਮਹਾਤਮਾ ਦੇ ਵਿੱਚ ਕੋਈ ਫਰਕ ਨਹੀਂ ਹੈ ਕਰਾਮਾਤ ਦੇ ਵਿੱਚ ਪੂਰਾ ਹੈ ਇਹ ਤਾਂ ਤੇਰੀ ਕਿਸਮਤ ਹਾਰੀ ਦੇਗੀ ਤੂੰ ਸੌ ਗਿਆ ਮਹਾਤਮਾ ਦੇ ਕੀ ਖਤਿਆਰ ਹੈ ਚਲ ਐ ਕਰ ਮਹਾਤਮਾ ਦੀ ਮਿੰਨਤ ਕਰ ਦੁਬਾਰਾ ਸ਼ੁਰੂ ਕਰ ਫੇਰ ਮਹਾਤਮਾ ਮੇਰੀ ਕਿਸਮਤ ਮਾੜੀ ਹੋ ਗਈ ਮੈਂ ਥੋਡੀ ਗੱਲ ਤੇ ਰਹਿ ਨਾ ਸਕਿਆ ਮੈਂ ਥੋਡੇ ਵਾਲੇ ਪਰਨ ਨੂੰ ਪੂਰਾ ਨਹੀਂ ਕੀਤਾ ਦੁਬਾਰਾ ਚਾਲੂ ਕਰੋ ਤੇ ਦੁਬਾਰਾ ਸ਼ੁਰੂ ਕਰਿਆ ਰਾਤ ਲੰਘੀ ਜਦੋਂ ਦੂਜੀ ਰਾਤ ਫੇਰ ਆ ਗਈ ਇਹ ਨੀਂਦ ਤਾਂ ਪਹਿਲਾਂ ਹੀ ਪੂਰੀ ਨਹੀਂ ਸੀ ਜਦੋਂ ਬੱਜਿਆ ਰਾਤ ਦੇ 10 ਵਜੇ ਬਾਦਸ਼ਾਹ 10 ਵਜੇ ਗਿਰ ਗਿਆ ਜਾਨੀ ਉੱਠੀ ਹੈ ਰਾਣੀ ਨੂੰ ਜਿਸ ਮੌਕੇ ਲੈ ਕੇ ਆਉਂਦਾ ਹੈ ਮਗਰ ਰਾਣੀਆ ਮੂਹਰੇ ਜਾਨੀ ਹੈ ਲੈ ਕੇ ਜਿਸ ਮੌਕੇ ਅੱਗੇ ਤੁਰਿਆ ਬਾਦਸ਼ਾਹ ਦੀ ਖੁੱਲੀ ਅੱਖ ਨਾਲ ਤਾਂ ਉੱਥੇ ਮਹਾਤਮਾ ਨਾ ਮੈਲਾ ਚਰਾਣੀ ਐ ਇੱਕ ਰੌਲਾ ਪੈ ਜਿੰਨੇ ਲਬੀਰਾਂ ਦੇ ਕੋਲੋਂ ਕਬਤਾ ਸੁਣੋ ਭਲਾ ਵੀ ਏ ਇਉਂ ਪੈਂਦਾ ਜੀ ਬਾਦਸ਼ਾਹ ਤੇ ਸਾਰਾ ਹੀ ਸ਼ਹਿਰ ਸੋ ਗਿਆ ਸਾਗ ਲੈ ਕੇ ਰਾਣੀ ਨੂੰ ਰਵਾਨ ਹੋ ਗਿਆ ਤਾਗ ਲੈ ਕੇ ਰਾਣੇ ਨੂੰ ਰਵਾਨ ਹੋ ਗਿਆ ਹੋ ਮੱਚ ਗਿਆ ਸਾਰੇ ਸ਼ਹਿਰ ਚ ਸ਼ੋਰ ਜੀ ਮੱਚ ਗਿਆ ਸਾਰੇ ਸ਼ਹਿਰ ਚ ਸ਼ੋਰ ਜੀ ਲੈ ਗਿਆ ਲਿਆਰ ਦੇ ਨੂੰ ਜਾਨੀ ਚੋਰ ਜੀ ਉਹ ਲੈ ਗਿਆ ਲਿਆਰ ਦੇ ਨੂੰ ਜਾਨੀ ਚੋਰ ਜੀ ਹੋ ਰੱਬ ਦੇ ਫਿਰਨ ਬੰਦੇ ਸਰਕਾਰ ਦੇ लभंद फिरन बंदे सरकारे कल कल गली विच गेड़े मारे की कल गली विच गेड़े मारे वो पतिया केड़ी गो ਪਤਾ ਨਹੀਂ ਨਿਕਲ ਗਿਆ ਕਿਹੜੀ ਗੋਰ ਜੀ ਲੈ ਗਿਆ ਲਿਆਲ ਦੇ ਨੂੰ ਜਾਨੀ ਚੋਰ ਜੀ ਉਹ ਲੈ ਗਿਆ ਲਿਆਲ ਦੇ ਨੂੰ ਜਾਨੀ ਚੋਰ ਜੀ ਹੋ ਸਾਦਕਾ ਦਾ ਆਇਆ ਕਰ ਗਿਆ ਕਮਾਲ ਜੀ ਸਾਦਕਾ ਦਾ ਆਇਆ ਕਰ ਗਿਆ ਕਮਾਲ ਜੀ ਸੋਣ ਨਹੀਂ ਦਿੱਤਾ ਉਸਨੇ ਪਪਾਲ ਜੀ ਸੋਣ ਨਹੀਂ ਦਿੱਤਾ ਉਸਨੇ ਪਪਾਲ ਜੀ ਹੋ ਓ ਬਾਦਸ਼ਾਹ ਨੂੰ ਲਿੰਦਰ ਦੀ ਚੜੀ ਲੋਰ ਜੀ ਪਾਦਸ਼ਾਹ ਨੂੰ ਨੀਂਦਰ ਦੀ ਚੜੀ ਲੋਰ ਜੀ ਲੈ ਗਿਆ ਲਿਆਲ ਦੇ ਨੂੰ ਚਾਨੀ ਚੋਰ ਜੀ ਉਹ ਲੈ ਗਿਆ ਲਿਆਲ ਦੇ ਨੂੰ ਚਾਨੀ ਚੋਰ ਜੀ ਹੋ ਲੋਕ ਗਏ ਘਰੇ ਬਾਣੀਆਂ ਦੇ ਰਾਤ ਨੂੰ ਲੋਕ ਗਏ ਘਰੇ ਬਾਣੀਆਂ ਦੇ ਰਾਤ ਨੂੰ ਲਾਲੇ ਨੂੰ ਸੁਣਾਵੇ ਜਾਨੀ ਸੁਣੀ ਬਾਤ ਨੂੰ ਲਾਲੇ ਨੂੰ ਸੁਣਾਵੇ ਜਾਨੀ ਸੁਣੀ ਬਾਤ ਨੂੰ ਹੋ ਪਾਇਆ ਜੇ ਤੈ ਰੌਲਾ ਦੇਊ ਅੱਗੇ ਤੋਰ ਜੀ ਪਾਇਆ ਜੀ ਤੇਰਾウੜਾ ਦੇੂ ਅੱਗੇ ਤੋਰ ਜੀ ਲੈ ਗਿਆ ਲਿਆਲ ਦੇ ਨੂੰ ਜਾਨੀ ਚੋਰ ਜੀ ਉਹ ਲੈ ਗਿਆ ਲਿਆਲ ਦੇ ਨੂੰ ਜਾਨੀ ਚੋਰ ਜੀ ਹੋ ਬਾਣੀਏ ਨੇ ਰੌਲਾ ਚੋਰ ਚੋਰ ਪਾਇਆ ਹੈ ਬਾਣੀਏ ਨੇ ਰੌਲਾ ਚੋਰ ਚੋਰ ਪਾਇਆ ਹੈ ਪੰਜ ਲੱਖ ਹਾਰ ਰਾਣੀ ਨੇ ਫੜਾਇਆ ਹੈ ਪੰਜ ਲੱਖ ਹਾਰ ਰਾਣੀ ਨੇ ਫੜਾਇਆ ਹੈ ਹੋ ਚੁੱਪ ਕਰ ਟੁੰਬਾ ਦੇ ਨੇ ਆਗੇ ਹੋਰ ਜੀ ਚੁੱਪ ਕਰ ਟੁੰਬਾ ਮੇਰੇ ਆਗੇ ਹੋਰ ਜੀ ਲੈ ਗਿਆ ਲਿਆਲ ਦੇ ਨੂੰ ਜਾਲੀ ਚੋਰ ਜੀ ਲੈ ਗਿਆ ਲਿਆਲ ਦੇ ਨੂੰ ਜਾਲੀ ਚੋਰ ਜੀ ਹੋ ਯਾਨੀ ਕਹਿੰਦਾ ਦੇ ਦੇਾਂਗੇ ਰਾਜ ਘੜੀ ਦਾ ਯਾਨੀ ਕਹਿੰਦਾ ਦੇ ਦੇਾਂਗੇ ਰਾਜ ਘੜੀ ਦਾ ਚੁੱਪ ਕਰ ਬਹਿ ਜਾ ਸਿਰ ਤੇ ਨੀ ਚੜੀਦਾ ਚੁੱਪ ਕਰ ਬਹਿ ਜਾ ਸਿਰ ਤੇ ਨੀ ਚੜੀਦਾ ਹੋ ਓ ਮੇਰੇ ਨਾਲ ਕਾਹ ਨੂੰ ਤੂੰ ਬਾਦਾ ਮੇ ਖੋਰ ਜੀ ਮੇਰੇ ਨਾਲ ਕਾਲੂ ਤੂੰ ਬਧਾਵੇਂ ਖੌਰ ਜੀ ਲੈ ਗਿਆ ਲਿਆਲ ਦੇ ਨੂੰ ਜਾਨੀ ਚੋਰ ਜੀ ਲੈ ਗਿਆ ਲਿਆਲ ਦੇ ਨੂੰ ਜਾਨੀ ਚੋਰ ਜੀ ਓ ਯਾਰ ਜਾਨ ਵਿੱਚ ਵੀ ਅੰਗਰ ਬੜਿਆ ਓ ਨਾਰਦਨ ਵਿੱਚ ਦੇ ਅੰਦਰ ਬੜਿਆ ਲੈ ਕੇ ਰਾਣੀ ਜਾਨੀ ਉਥੇ ਆਣ ਖੜਿਆ ਲੈ ਕੇ ਰਾਣੀ ਜਾਨੀ ਉਥੇ ਆਣ ਖੜਿਆ ਹੋ ਉਹ ਤੁਲੇ ਤੇ ਬਿਠਾ ਕੇ ਰਾਣੀ ਦਿੱਤੀ ਤੌਰ ਜੀ ਤੁਲੇ ਤੇ ਬਿਠਾ ਕੇ ਰਾਣੀ ਦਿੱਤੀ ਤੌਰ ਜੀ ਲੈ ਗਿਆ ਲਿਆਲ ਦੇ ਨੂੰ ਜਾਨੀ ਚੋਰ ਜੀ ਲੈ ਗਿਆ ਲਿਆਲ ਦੇ ਨੂੰ ਜਾਨੀ ਚੋਰ ਜੀ ਹੋ ਘਟ ਪਟ ਜਾਨੀ ਉਥੋਂ ਬਾਹਰ ਆਇਆ ਹੈ ਛੱਟ ਪੱਟ ਜਾਨੀ ਉਥੋਂ ਬਾਹਰ ਆਇਆ ਹੈ ਜੰਗ ਦਾ ਬੇਗਲ ਰਾਜੇ ਨੇ ਵਜਾਇਆ ਹੈ ਜੰਗ ਦਾ ਬੇਗਲ ਰਾਜੇ ਨੇ ਵਜਾਇਆ ਹੈ ਹੋ ਓ ਕੇਰੋ ਦਲਵਾਰੇ ਖੜਾ ਛਾਤੀ ਠੋਰ ਜੀ ਕੇਰੋ ਦਲਵਾਰੇ ਖੜਾ ਛਾਤੀ ਠੋਰ ਜੀ ਲੈ ਗਿਆ ਨਿਹਾਲ ਦੇ ਨੂੰ ਜਾਨੀ ਚੋਰ ਜੀ ਲੈ ਗਿਆ ਨਿਹਾਲ ਦੇ ਨੂੰ ਜਾਨੀ ਚੋਰ ਜੀ ਹੋ